ਪੰਜਾਬ ਦੇ ਸਕੂਲਾਂ ਦੇ ਅੰਦਰ ਬੈਠੇ ਐਜੂਸੈਟ ਰੂਮ ਦੇ ਵਿੱਚ ਸਜੇ ਹੋਏ ਵਿਦਿਆਰਥੀਓ ਤੇ ਪਿਆਰਿਆ ਦੇ ਆਪਕੋ ਬਹੁਤ-ਬਹੁਤ ਪਿਆਰ ਭਰਿਆ ਸਤਿ ਸ੍ਰੀ ਅਕਾਲ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਐਜੂਸੈਟ ਰੂਮ ਦੇ ਵਿੱਚ ਪੂਰੇ ਧਿਆਨ ਦੇ ਨਾਲ ਕੇਂਦਰਿਤ ਹੋ ਚੁੱਕੇ ਹੋਵੋਗੇ ਤਾਂ ਕਿ ਕਾਪੀ ਪੈਨ ਲੈ ਕੇ ਬੱਚੇ ਜਿਹੜੇ ਆ ਅੱਜ ਦਾ ਜੋ ਵੀ ਲੈਕਚਰ ਆਉਣ ਵਾਲਾ ਹੈ ਇਹਨੂੰ ਤੁਸੀਂ ਡਿਸਕਸ ਵੀ ਕਰਨਾ ਹੈ ਨਾਲ ਦੀ ਨਾਲ ਬੱਚਿਆਂ ਦੇ ਨਾਲ ਔਰ ਇਨੂੰ ਜੋ ਵੀ ਪੇਸ਼ ਕੀਤਾ ਜਾਏਗਾ ਤੁਹਾਡੇ ਸਾਹਮਣੇ ਬੱਚਿਓ ਸ਼ੇਅਰ ਕੀਤਾ ਜਾਏਗਾ ਤੁਹਾਡੇ ਨਾਲ ਉਸ ਨੂੰ ਤੁਸੀਂ ਨੋਟ ਕਰਨਾ ਆਪਣੀਆਂ ਕਾਪੀਆਂ ਤੇ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਪੂਰੇ ਪੜ੍ਹਨ ਦੇ ਮੂਡ ਦੇ ਨਾਲ ਐਸੈਟ ਰੂਮ ਦੇ ਵਿੱਚ ਬੈਠੇ ਆ ਜੇ ਤੁਹਾਡਾ ਮਨ ਹੋਵੇ ਤਾਂ ਆਪਾਂ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ ਟੌਪਿਕ ਹੈ ਜੀ ਅੱਜ ਦਾ ਭਾਰਤੀ ਲੋਕਤੰਤਰ ਲੋਕਤੰਤਰ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਇੰਡੀਅਨ ਡੈਮੋਕ੍ਰੇਸੀ ਪ੍ਰੋਬਲਮਸ ਐਂਡ ਚੈਲੰਜਸ ਟੂ ਇੰਡੀਅਨ ਡੈਮੋਕ੍ਰੇਸੀ ਪਿਆਰੇ ਬੱਚਿਓ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਲੋਕਤੰਤਰੀਕ ਦੇਸ਼ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਲੋਕਤੰਤਰ ਬੜੀ ਸਫਲਤਾ ਦੇ ਨਾਲ ਚੱਲ ਰਿਹਾ ਪਰ ਇਸ ਦੇ ਬਾਵਜੂਦ ਇਸ ਦੀਆਂ ਕੁਝ ਸਮੱਸਿਆਵਾਂ ਜਿਹੜੀਆਂ ਚੁਣੌਤੀਆਂ ਦੇ ਸਾਹਮਣੇ ਆ ਰਹੀਆਂ ਆਪਾਂ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਮੈਂ ਉਮੀਦ ਕਰਦਾ ਕਿ ਅੱਜ ਦੇ ਥੋੜੇ ਜਿਹੇ ਸਮੇਂ ਦੇ ਵਿੱਚ ਤੁਸੀਂ ਬਹੁਤ ਹੀ ਮਹੱਤਵਪੂਰਨ ਲੈਸਨ ਨੂੰ ਤੁਸੀਂ ਧਿਆਨ ਨਾਲ ਸੁਣੋਗੇ ਕਿਉਂਕਿ ਆਉਣ ਵਾਲੇ ਪੇਪਰਾਂ ਦੇ ਵਿੱਚ ਤੁਹਾਡੇ ਬਹੁਤ ਕੰਮ ਆਉਣ ਵਾਲਾ ਸੋ ਟੌਪਿਕ ਨੂੰ ਕਰਦੇ ਹਾਂ ਜੀ ਸ਼ੁਰੂ ਸੋ ਸਭ ਤੋਂ ਪਹਿਲਾਂ ਜੇ ਗੱਲ ਲੋਕਤੰਤਰ ਦੀ ਆਪਾਂ ਕਰਦੇ ਆ ਤਾਂ ਸਾਨੂੰ ਲੋਕਤੰਤਰ ਦਾ ਅਰਥ ਪਤਾ ਹੋਣਾ ਚਾਹੀਦਾ ਹੈ ਕਿ ਲੋਕਾਂ ਦਾ ਜਿਹੜਾ ਲੋਕਤੰਤਰ ਹੈ ਇਸ ਨੂੰ ਕਿਵੇਂ ਅਸੀਂ ਡਿਫਾਈਨ ਕਰ ਸਕਦੇ ਆ ਮੇਰੇ ਖਿਆਲ ਦੇ ਵਿੱਚ 10ਵੀਂ ਤੋਂ ਲੈ ਕੇ ਜਾਂ ਛੋਟੀਆਂ ਕਲਾਸਾਂ ਤੋਂ 8ਵੀਂ ਤੋਂ ਲੈ ਕੇ ਤੁਸੀਂ ਜਿਹੜੀ ਇੱਕ ਪਰਿਭਾਸ਼ਾ ਸਮਝਦੇ ਆ ਰਹੇ ਆ ਉਹ ਸਭ ਤੋਂ ਸੌਖੀ ਪਰਿਭਾਸ਼ਾ ਅਬਰਾਹਮ ਲਿੰਕਨ ਜੀ ਦੀ ਹੈ ਜਿਹੜੇ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਰਹੇ ਨੇ ਹਰ ਬੱਚੇ-ਬੱਚੇ ਦੀ ਜ਼ੁਬਾਨ ਦੇ ਉੱਤੇ ਇਹ ਪਰਿਭਾਸ਼ਾ ਆਮ ਹੀ ਅਸੀਂ ਸੁਣਦੇ ਆ ਜਦੋਂ ਵੀ ਕਿਸੇ ਨੂੰ ਪੁੱਛਦੇ ਆ ਲੋਕਤੰਤਰ ਦੀ ਕੋਈ ਪਰਿਭਾਸ਼ਾ ਦਿਓ ਤਾਂ ਉਹ ਅਬਰਾਹਮ ਲਿੰਕਨ ਜੀ ਦੀ ਪਰਵਾਸ਼ਾ ਨੂੰ ਹੀ ਪਹਿਲ ਦਿੰਦਾ ਹੈ ਸੋ ਕੀ ਕਹਿੰਦੇ ਹੋ ਕਿ ਡੈਮੋਕ੍ਰੇਸੀ ਇਜ਼ ਦਾ ਗਵਰਨਮੈਂਟ ਆਫ ਦਾ ਪੀਪਲ ਬਾਏ ਦਾ ਪੀਪਲ ਐਂਡ ਫਾਰ ਦਾ ਪੀਪਲ ਜਾਨੀ ਲੋਕਤੰਤਰ ਲੋਕਾਂ ਦੀ ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਹੈ ਜਿਵੇਂ ਮੈਂ ਉੱਪਰ ਵੀ ਲਿਖਿਆ ਕਿ ਵਰਤਮਾਨ ਯੁੱਗ ਲੋਕਤੰਤਰ ਦਾ ਯੁੱਗ ਹੈ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕਤੰਤਰ ਦੀ ਸਥਾਪਤੀ ਹੋ ਚੁੱਕੀ ਹੈ ਔਰ ਬੜੀ ਸਫਲਤਾ ਦੇ ਨਾਲ ਲੋਕਤੰਤਰ ਚੱਲ ਰਿਹਾ ਹੈ ਜਿਹੜੇ ਕੁਛਕ ਦੇਸ਼ ਹੈਗੇ ਆ ਜਿਨ੍ਹਾਂ ਦੇ ਵਿੱਚ ਅਜੇ ਤੱਕ ਲੋਕਤੰਤਰ ਸਥਾਪਿਤ ਨਹੀਂ ਹੋ ਸਕਿਆ ਉਹ ਵੀ ਹੱਥ ਪੈਰ ਮਾਰਦੇ ਆ ਕਿ ਬਹੁਤ ਜਲਦੀ ਨਾਲ ਉਹਨਾਂ ਦੇ ਦੇਸ਼ ਵਿੱਚ ਲੋਕਤੰਤਰ ਸਥਾਪਿਤ ਹੋ ਜਾਵੇ ਸੋ ਕਿਉਂ ਇਸ ਗੱਲ ਤੇ ਕਿਉਂ ਇੰਨਾ ਜ਼ੋਰ ਦਿੱਤਾ ਜਾਂਦਾ ਹੈ ਪਰਵਾਹਸ਼ਾ ਤੇ ਫਿਰ ਧਿਆਨ ਦਿਓ ਲੋਕਤੰਤਰ ਲੋਕਾਂ ਦੀ ਲੋਕਾਂ ਦੀ ਸਰਕਾਰ ਹੈ ਕਿਉਂਕਿ ਲੋਕਾਂ ਨੇ ਆਪ ਬਣਾਈ ਹੁੰਦੀ ਹੈ ਲੋਕਾਂ ਦੁਆਰਾ ਆਪ ਬਣਾਈ ਹੈ ਲੋਕ ਹੀ ਵੋਟ ਪਾਉਂਦੇ ਆ ਲੋਕ ਹੀ ਸਰਕਾਰ ਚੁਣਦੇ ਆ ਸੋ ਆਪਣੀ ਮਰਜ਼ੀ ਦੇ ਲੀਡਰਸ ਨੂੰ ਅਸੀਂ ਅੱਗੇ ਲਿਆਉਨੇ ਆ ਜਿਹੜੇ ਸਾਡੇ ਦੇਸ਼ ਦਾ ਪ੍ਰਬੰਧ ਚਲਾਉਂਦੇ ਆ ਲੋਕਾਂ ਲਈ ਸਰਕਾਰ ਜੇਦਾ ਚੁਣੀ ਜਾਂਦੀ ਹੈ ਤੇ ਫਰਜ਼ ਬੰਦਾ ਸਰਕਾਰ ਦਾ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਪਾਵਰ ਦੇ ਵਿੱਚ ਲਿਆਂਦਾ ਹੈ ਇਹ ਸਰਕਾਰ ਉਹਨਾਂ ਵਾਸਤੇ ਕੰਮ ਕਰੇ ਸੋ ਮੈਂ ਸਮਝਦਾ ਹੈ ਕਿ ਲੋਕਤੰਤਰ ਦੇ ਅਰਥ ਜਿਹੜੇ ਆ ਉਹ ਚੰਗੀ ਤਰ੍ਹਾਂ ਨਾਲ ਤੁਹਾਡੇ ਦਿਮਾਗ ਦੇ ਤੁਹਾਡੇ ਜ਼ਿਹਨ ਤੱਕ ਪਹੁੰਚ ਗਏ ਹੋਣਗੇ ਸੋ ਇਸ ਗੱਲ ਨੂੰ ਅੱਗੇ ਵਧਾਉਨੇ ਆ ਆਪਾਂ ਔਰ ਚੱਲਦੇ ਆ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਦੇਖਦੇ ਆ ਕਿਹੜੀ ਸਰਕਾਰ ਹੈ ਔਰ ਕਿਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਹੋਣ ਤਾਂ ਉਸ ਨੂੰ ਅਸੀਂ ਲੋਕਤੰਤਰ ਕਹਿ ਸਕਦੇ ਆ ਤੁਸੀਂ ਦੇਖ ਸਕਦੇ ਹੋ ਸ਼ਾਰਟ ਦੇ ਵਿੱਚ ਮੌਲਿਕ ਅਧਿਕਾਰ ਨੀਤੀ ਨਿਰਦੇਸ਼ਕ ਸਿਧਾਂਤ ਸੁਤੰਤਰ ਨਿਆਂਪਾਲਿਕਾ ਸ਼ਕਤੀ ਦਾ ਸੋਮਾ ਲੋਕ ਇਸ ਦੇ ਉੱਤੇ ਆਪਾਂ ਗੱਲ ਕਰਾਂਗੇ ਵੋਟ ਦਾ ਅਧਿਕਾਰ ਆਜ਼ਾਦ ਅਤੇ ਨਿਰਪੱਖ ਚੋਣਾਂ ਧਰਮ ਨਿਰਪੱਖ ਰਾਜ ਇਹ ਜਿੰਨੀਆਂ ਗੱਲਾਂ ਲਿਖਿਆ ਗਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਅਗਰ ਇਹ ਸਾਰਾ ਕੁਝ ਸਾਨੂੰ ਕਿਸੇ ਦੇਸ਼ ਦੇ ਵਿੱਚ ਦੇਖਣ ਲਈ ਮਿਲਦਾ ਹੈ ਇਹ ਲੱਛਣ ਸਾਨੂੰ ਕਿਸੇ ਦੇਸ਼ ਦੀ ਸਰਕਾਰ ਦੇ ਵਿੱਚ ਦੇਖਣ ਨੂੰ ਮਿਲਦੇ ਆ ਤਾਂ ਅਸੀਂ ਸਮਝ ਲਵਾਂਗੇ ਕਿ ਇਹ ਸਰਕਾਰ ਜਿਹੜੀ ਹੈ ਇਹ ਲੋਕਤੰਤਰ ਦੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਲੋਕਾਂ ਦੁਆਰਾ ਬਣਾਈ ਹੋਈ ਸਰਕਾਰ ਹੈ ਸੋ ਆਓ ਇਹਨਾਂ ਵਿਸ਼ੇਸ਼ਤਾਵਾਂ ਦੇ ਉੱਤੇ ਆਪਾਂ ਥੋੜਾ ਜਿਹਾ ਚਰਨਾ ਪਾਉਨੇ ਆ ਇੱਕ ਇੱਕ ਕਰਕੇ ਆ ਭਾਰਤੀ ਲੋਕਤੰਤਰ ਦੀਆਂ ਸੰਵਿਧਾਨਕ ਵਿਸ਼ੇਸ਼ਤਾਈਆਂ ਇਸ ਸੰਵਿਧਾਨਕ ਸ਼ਬਦ ਬੱਚੋ ਇਸ ਕਰਕੇ ਲਗਾਇਆ ਕਿ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਅਜਈਆਂ ਨੇ ਜਿਨ੍ਹਾਂ ਨੂੰ ਸੰਵਿਧਾਨ ਦੇ ਵਿੱਚ ਮੈਂਸ਼ਨ ਕੀਤਾ ਗਿਆ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਸਾਡੇ ਦੇਸ਼ ਦਾ ਸਰਵਉੱਚ ਕਾਨੂੰਨ ਜਿਹੜਾ ਸੰਵਿਧਾਨ ਹੈ ਜਿਹੜੀ ਚੀਜ਼ ਸੰਵਿਧਾਨ ਦੇ ਵਿੱਚ ਆ ਜਾਂਦੀ ਹੈ ਲਿਖਤੀ ਰੂਪ ਦੇ ਤਾਂ ਅਸੀਂ ਸਮਝਦੇ ਆ ਕਿ ਉਸ ਨੂੰ ਸੰਵਿਧਾਨਿਕ ਦਰਜਾ ਪ੍ਰਾਪਤ ਹੋ ਗਿਆ ਸੋ ਅਸੀਂ ਉਹਨਾਂ ਵਿਸ਼ੇਸ਼ਤਾਵਾਂ ਦੀ ਗੱਲ ਕਰਾਂਗੇ ਜਿਹੜੀਆਂ ਸਾਡੀਆਂ ਸੰਵਿਧਾਨਕ ਵਿਸ਼ੇਸ਼ਤਾਵਾਂ ਹੈਗੀਆਂ ਲੋਕਤੰਤਰ ਦੀ ਆ ਸਭ ਤੋਂ ਪਹਿਲੀ ਗੱਲ ਭਾਰਤ ਵਿੱਚ ਸਰਵਉੱਚ ਸ਼ਕਤੀ ਦਾ ਸੋਮਾ ਲੋਕ ਤੁਹਾਨੂੰ ਅਸੀਂ 11ਵੀਂ ਕਲਾਸ ਦੇ ਵਿੱਚ ਵੀ ਪੜਾਇਆ ਸੀ ਜਦੋਂ ਅਸੀਂ ਸੰਵਿਧਾਨ ਦੀ ਪ੍ਰਸਤਾਵਨਾ ਦਾ ਲੈਸਨ ਤੁਹਾਡੇ ਨਾਲ ਪੜਾਉਂਨੇ ਆ ਤੁਹਾਨੂੰ ਉਹਦੇ ਵਿੱਚ ਸਭ ਤੋਂ ਮੋਟੀ ਔਰ ਮੁੱਖ ਗੱਲ ਜਿਹੜੀ ਆਉਂਦੀ ਹੈ ਕਿ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਪ੍ਰਸਤਾਵਨਾ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ਤਾਂ ਵੋਈ ਦਾ ਪੀਪਲ ਆਫ ਇੰਡੀਆ ਯਾਨੀ ਅਸੀਂ ਭਾਰਤ ਦੇ ਲੋਕ ਅਸੀਂ ਸਾਰੀ ਸੰਵਿਧਾਨ ਦੀ ਪ੍ਰਭਾਸ਼ਾ ਜੇ ਕਿ ਜੋ ਜੋ ਵੀ ਸੰਵਿਧਾਨ ਦੇ ਵਿੱਚ ਲਿਖਿਆ ਹੈ ਉਹ ਸੰਵਿਧਾਨ ਦਾ ਇੱਕ ਤਰ੍ਹਾਂ ਦਾ ਸ਼ੀਸ਼ਾ ਬਣਾ ਕੇ ਉਸ ਪ੍ਰਸਤਾਵਨਾ ਨੂੰ ਪੇਸ਼ ਕੀਤਾ ਗਿਆ ਹੈ ਔਰ ਇਹ ਸਾਫ ਸਾਫ ਸ਼ਬਦਾਂ 'ਚ ਲਿਖਿਆ ਕਿ ਅਸੀਂ ਇਸ ਸੰਵਿਧਾਨ ਨੂੰ ਆਤਮ ਅਰਪਿਤ ਕਰਦੇ ਹਾਂ ਭਾਵ ਕਿ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਹਾਂ ਔਰ ਇਹਨੂੰ ਆਪਣੇ ਆਪ ਨੂੰ ਸਮਰਪਿਤ ਹਾਂ ਅਸੀਂ ਇਸ ਸੰਵਿਧਾਨ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ ਜੋ ਇਸ ਸੰਵਿਧਾਨ ਵਿੱਚ ਲਿਖਿਆ ਉਹਨਾਂ ਪ੍ਰਾਪਤੀਆਂ ਦੇ ਵਿੱਚ ਆਪਣਾ ਹੱਥ ਵੜਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਸੋ ਇਹ ਗੱਲ ਬਹੁਤ ਸਪਸ਼ਟ ਰੂਪ ਦੇ ਸਾਹਮਣੇ ਆਉਂਦੀ ਹੈ ਕਿ ਭਾਰਤ ਦੇ ਜਿਹੜੀ ਅਸਲੀ ਸ਼ਕਤੀ ਹੈ ਉਹ ਲੋਕ ਸ਼ਕਤੀ ਹੈ ਤੁਸੀਂ ਸੋਚਦੇ ਹੋਵੋਗੇ ਕਿਵੇਂ ਕਿਉਂਕਿ ਸਰਕਾਰ ਅਸੀਂ ਜਿਵੇਂ ਪਿੱਛੇ ਪਰਵਾਹਾ ਪੜੀ ਆ ਤਾਂ ਅਸੀਂ ਸਾਫ਼ ਪੜਿਆ ਉਹਦੇ ਵਿੱਚ ਲਿਖਿਆ ਹੈ ਕਿ ਲੋਕਾਂ ਦੀ ਲੋਕਾਂ ਦੁਆਰਾ ਸਰਕਾਰ ਹੈ। ਤੋ ਜੇ ਸਰਕਾਰੀ ਲੋਕਾਂ ਦੀ ਸਾਡੇ ਹੱਥ ਲੋਕਾਂ ਦੇ ਹੱਥ ਵਿੱਚ ਹੀ ਹੈ ਸਰਕਾਰ ਨੂੰ ਬਣਾਉਣਾ ਸਰਕਾਰ ਨੂੰ ਬਦਲਣਾ ਸਰਕਾਰ ਦਾ ਵਿਰੋਧ ਕਰਨਾ ਸਰਕਾਰ ਦੇ ਪੱਖ ਵਿੱਚ ਜਾਣਾ ਇਹ ਸਾਰੀਆਂ ਗੱਲਾਂ ਲੋਕਾਂ ਦੇ ਹੱਕ ਵਿੱਚ ਹੈ। ਤਾਂ ਲੋਕਾਂ ਦੇ ਹੱਥ ਵਿੱਚ ਹੀ ਫਿਰ ਅਸਲੀ ਸ਼ਕਤੀ ਹੈ। ਜੇ ਉਹ ਚੋਣ ਤਾਂ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਦਲ ਵੀ ਸਕਦੇ ਆ ਸੋ ਯਾਦ ਰੱਖਣਾ। ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸ਼ਕਤੀ ਲੋਕਤੰਤਰ ਦੇ ਵਿੱਚ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ। ਦੂਸਰੀ ਜਿਹੜੀ ਸੰਵਿਧਾਨਕ ਵਿਸ਼ੇਸ਼ਤਾ ਉਹ ਹੈ ਜੀ ਸਰਵਜਨਕ ਬਾਲਗ ਮਤ ਅਧਿਕਾਰ 18 ਸਾਲ ਦਾ ਜਦੋਂ ਵੀ ਕੋਈ ਬੱਚਾ ਹੋ ਜਾਏਗਾ ਬਿਨਾਂ ਕਿਸੇ ਧਰਮ ਜਾਤੀ ਲਿੰਗ ਔਰ ਕਿਸੇ ਵੀ ਤਰ੍ਹਾਂ ਦੇ ਅਮੀਰ ਗਰੀਬ ਰੰਗ ਨਸਲ ਦੇ ਭੇਦਭਾਵ ਤੋਂ ਬਿਨਾਂ ਉਸ ਨੂੰ ਵੋਟ ਦਾ ਅਧਿਕਾਰ ਮਿਲ ਜਾਂਦਾ ਹੈ ਜਿਸ ਨੂੰ ਅਸੀਂ ਸਰਵਜਨਕ ਬਾਲਗ ਮਤ ਅਧਿਕਾਰ ਕਹਿੰਦੇ ਆ ਤੇ ਲੋਕਤੰਤਰ ਦੀ ਸਰਕਾਰ ਜਿਹੜੀ ਹੈ ਇਹ ਬਾਲਗ ਮਤ ਅਧਿਕਾਰ ਦੇ ਨਾਲ ਚੁਣੀ ਜਾਂਦੀ ਹੈ ਬੱਚਿਓ ਵੋਟ ਪਾ ਕੇ ਅਸੀਂ ਆਪਣੀ ਸਰਕਾਰ ਬਣਾਉਨੇ ਆ ਤੀਸਰਾ ਹੈ ਮੌਲਿਕ ਅਧਿਕਾਰਾਂ ਦਾ ਪ੍ਰਬੰਧ ਇਹ ਇਹ ਵੀ ਤੁਸੀਂ ਪਲੱਸ 1 ਦੇ ਵਿੱਚ ਪੜ ਚੁੱਕੇ ਆ ਫੰਡਮੈਂਟਲ ਰਾਈਟਸ ਜਿਹੜੇ 6 ਅਧਿਕਾਰ ਸਾਨੂੰ ਦਿੱਤੇ ਹੋਇਆ ਧਾਰਾ 12 ਤੋਂ ਲੈ ਕੇ 35 ਤੱਕ ਬੇਸ਼ੱਕ ਇਹ ਧਾਰਾਵਾਂ 14 ਤੋਂ ਲੈ ਕੇ 32 ਤੱਕ ਸਾਡੇ ਸਬੰਧ ਜਿਹੜੇ ਮੌਲਿਕ ਅਧਿਕਾਰ ਆ ਉਹਨਾਂ ਦੀ ਵਿਆਖਿਆ ਕਰਦੀਆਂ ਔਰ ਆਰਟੀਕਲ ਜਿਹੜਾ 12 13 ਔਰ ਇਸੇ ਤਰ੍ਹਾਂ ਅੱਗੇ 33 34 ਔਰ 35 ਇਹ ਪੰਜ ਆਰਟੀਕਲ ਜਿਹੜੇ ਆ ਇਹ ਵੀ ਬੇਟੇ ਫੰਡਮੈਂਟਲ ਰਾਈਟਸ ਦੇ ਨਾਲ ਜੁੜੇ ਹੋਇਆ ਇਸ ਕਰਕੇ ਜੇ ਮੋਟੇ ਰੂਪ ਚ ਪ੍ਰਸ਼ਨ ਆਉਂਦਾ ਤਾਂ ਅਸੀਂ 12 ਤੋਂ 35 ਤੱਕ ਜਿਹੜੀ ਹੈ ਸੰਵਿਧਾਨ ਦੀਆਂ ਧਾਰਾਵਾਂ ਲਿਖਾਉਨੇ ਆ ਚੈਪਟਰ 3 ਦੇ ਵਿੱਚ ਸਾਨੂੰ 6 ਤਰ੍ਹਾਂ ਦੇ ਮੌਲਿਕ ਅਧਿਕਾਰ ਦਿੱਤੇ ਹੋਏ ਆ ਜਿਹੜੇ ਨਿਆਂਯੋਗ ਹੈ ਜੇ ਸਾਨੂੰ ਇਹ ਮੌਲਿਕ ਅਧਿਕਾਰ ਨਹੀਂ ਮਿਲਦੇ ਤਾਂ ਅਸੀਂ ਇਹਨਾਂ ਦੀ ਪ੍ਰਾਪਤੀ ਵਾਸਤੇ ਕੋਰਟ ਵਿੱਚ ਜਾ ਸਕਦੇ ਆ ਅਗਲਾ ਹੈ ਰਾਜ ਨੂੰ ਦਿੱਤੇ ਗਏ ਨਿਰਦੇਸ਼ ਜਾਂ ਹੁਕਮ ਨੀਤੀ ਨਿਰਦੇਸ਼ਕ ਸਿਧਾਂਤ ਤੁਸੀਂ ਪੜਿਆ ਸੰਵਿਧਾਨ ਦੇ ਚੌਥੇ ਅਧਿਆਇ ਦੇ ਵਿੱਚ ਧਾਰਾ 36 ਤੋਂ ਲੈ ਕੇ 51 ਅ ਦੇ ਵਿੱਚ ਇਹ ਸਾਰੇ ਕੁਝ ਅਜਿਹੇ ਹੁਕਮ ਦਿੱਤੇ ਗਏ ਆ ਰਾਜਾਂ ਵਾਸਤੇ ਲਿਖੇ ਗਏ ਆ ਕਿ ਰਾਜ ਇਹ ਕੰਮ ਕਰਨਗੇ ਤਾਂ ਜੋ ਉਹ ਆਪਣੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰ ਸਕਣ ਸੋ ਫੰਡਮੈਂਟਲ ਰਾਈਟਸ ਦੇਣ ਦੇ ਨਾਲ ਨਾਲ ਜਿਹੜੇ ਮੌਲਿਕ ਅਧਿਕਾਰ ਦਿੱਤੇ ਆ ਉਹਨਾਂ ਦੇ ਨਾਲ ਨਾਲ ਕੁਝ ਰਾਜਾਂ ਨੂੰ ਵੀ ਹੁਕਮ ਕੀਤੇ ਗਏ ਸੋ ਇਹ ਜਿਹੜੇ ਨਿਰਦੇਸ਼ਕ ਸਿਧਾਂਤ ਹੈਗੇ ਆ ਇਹ ਰਾਜਾਂ ਵਾਸਤੇ ਹੁਕਮ ਹੈ ਬੇਸ਼ੱਕ ਇਹ ਨਿਆਂਯੋਗ ਨਹੀਂ ਹੈਗੇ ਇਹਨਾਂ ਦੇ ਲਈ ਅਸੀਂ ਕੋਰਟ ਵਿੱਚ ਨਹੀਂ ਜਾ ਸਕਦੇ ਪਰ ਇਹ ਇੰਨੇ ਅਹਿਮ ਹੈ ਕਿ ਜਦੋਂ ਵੀ ਕੋਈ ਸਰਕਾਰ ਨੀਤੀ ਬਣਾਉਂਦੀ ਹੈ ਤਾਂ ਸਰਕਾਰ ਇਹਨਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ ਸੋ ਬੜੇ ਅਹਿਮ ਹਨ ਨੀਤੀ ਨਿਰਦੇਸ਼ਕ ਸਿਧਾਂਤ ਸੋ ਉਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਰਕਾਰ ਕੋਈ ਵੀ ਨੀਤੀ ਜਿਹੜੀ ਹੈ ਉਸ ਨੂੰ ਬਣਾਉਂਦੀ ਹੈ ਸੋ ਸਾਡੇ ਲੋਕਤੰਤਰ ਦੀ ਇਹ ਵੀ ਇੱਕ ਵਿਸ਼ੇਸ਼ਤਾ ਹੈ ਕਿ ਇਸ ਨਾਗਰਿਕਾਂ ਵਾਂ ਦੇਸ਼ ਦੇ ਨਾਗਰਿਕਾਂ ਵਾਸਤੇ ਕੁਝ ਅਜਿਹੇ ਹੁਕਮ ਸੰਵਿਧਾਨ ਦੇ ਵਿੱਚ ਰਾਜਾਂ ਨੂੰ ਦਿੱਤੇ ਗਏ ਆ ਜਿਹੜੇ ਉਹਨਾਂ ਨੇ ਲਾਗੂ ਕਰਨੇ ਹੁੰਦੇ ਆ ਅ ਇਸ ਤੋਂ ਅਗਲੀ ਗੱਲ ਹੈ ਸੁਤੰਤਰ ਅਤੇ ਨਿਰਪੱਖ ਚੋਣਾਂ ਦਾ ਪ੍ਰਬੰਧ ਤੁਸੀਂ ਸੱਜੇ ਪਾਸੇ ਨਾਲ ਦੀ ਨਾਲ ਫੋਟੋ ਵੀ ਬੇਸ਼ੱਕ ਦੇਖੀ ਜਾਣੀ ਹੈ ਆ ਇਹ ਚੋਣਾਂ ਦੀ ਇੱਕ ਫੋਟੋ ਲੱਗੀ ਹੋਈ ਹੈ ਜਿਹਦੇ ਵਿੱਚ ਲੋਕ ਵੋਟ ਪਾਉਣ ਦੇ ਲਈ ਆਪਣੇ ਹੱਕ ਦੀ ਵਰਤੋਂ ਕਰਨ ਵਾਸਤੇ ਲਾਈਨ ਦੇ ਵਿੱਚ ਲੱਗੇ ਖੜੇ ਆ ਸੁਤੰਤਰ ਤੇ ਨਿਰਪੱਖ ਚੋਣਾਂ ਵਾਸਤੇ ਸਾਡੇ ਸੰਵਿਧਾਨ ਦੇ ਵਿੱਚ ਬੜਾ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਜਿਹੜੀਆਂ ਸਾਰੀਆਂ ਚੋਣਾਂ ਹੈਗੀਆਂ ਉਹ ਚੋਣ ਕਮਿਸ਼ਨ ਦੇ ਅਧੀਨ ਹੋਣਗੀਆਂ ਚੋਣ ਕਮਿਸ਼ਨ ਸਾਰੀਆਂ ਇਲੈਕਸ਼ਨਸ ਨੂੰ ਨਜ਼ਰਸਾਨੀ ਕਰੇਗਾ ਚੋਣਾਂ ਨੂੰ ਕਰਵਾਏਗਾ ਧਾਰਾ 324 ਤੋਂ ਲੈ ਕੇ 329 ਤੱਕ ਚੋਣ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ ਚੋਣ ਕਮਿਸ਼ਨ ਨੇ ਕੀ ਕੰਮ ਕਰਨਾ ਕਿਹੜੀ ਕਿਹੜੀ ਇਲੈਕਸ਼ਨ ਕਰਾਉਣੀਆਂ ਕਿਵੇਂ ਵੋਟਰ ਸੂਚੀਆਂ ਬਣਾਉਣੀਆਂ ਸਾਰੇ ਹੀ ਕੰਮ ਕਿਵੇਂ ਕਰਨੇ ਆ ਉਹਨਾਂ ਦਾ ਵਿਸਥਾਰ ਸਹਿਤ ਵਰਣਨ ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਕੀਤਾ ਗਿਆ ਸੋ ਸਾਡੇ ਲੋਕਤੰਤਰ ਦੀ ਇਹ ਵੀ ਇੱਕ ਸੰਵਿਧਾਨਕ ਵਿਸ਼ੇਸ਼ਤਾ ਹੈ ਇਹਨਾਂ ਵਿਸ਼ੇਸ਼ਤਾਵਾਂ ਤੋਂ ਅੱਗੇ ਚੱਲਦੇ ਹਾਂ ਜੀ ਜਿਹੜੀ ਮੁੱਖ ਵਿਸ਼ੇਸ਼ਤਾ ਬਣਦੀ ਹੈ ਸਾਡੀ ਉਹ ਹੈ ਸੁਤੰਤਰ ਨਿਆਂਪਾਲਿਕਾ ਸੱਜੇ ਪਾਸੇ ਤੁਸੀਂ ਜੁਡੀਸ਼ਰੀ ਦੀ ਫੋਟੋ ਲਿਕਸ ਦੇਖ ਸਕਦੇ ਆ ਇਹ ਅਕਸਰ ਹੀ ਤੁਸੀਂ ਇਹ ਵਾਲੇ ਸਾਈਨ ਜਿਹੜਾ ਇਹ ਵਾਲੇ ਚਿੰਨ ਜਿਹੜਾ ਤੁਸੀਂ ਦੇਖਦੇ ਹੋ ਇਹ ਨਿਆਂ ਦੀ ਤਕੜੀ ਹੈ ਤੋ ਨਿਆਪਾਲ ਕਾ ਸਾਡੀ ਸੁਤੰਤਰ ਹੈ ਜਿਸ ਦੇਸ਼ ਦੇ ਵਿੱਚ ਨਿਆਪਾਲ ਕਾ ਸੁਤੰਤਰ ਹੈ ਸਮਝ ਲਓ ਕਿ ਉਸ ਦੇਸ਼ ਦੀ ਸਰਕਾਰ ਜਿਹੜੀ ਆ ਲੋਕਤੰਤ੍ਰਿਕ ਸਿਧਾਂਤਾਂ ਦੇ ਅਨੁਸਾਰ ਚੱਲ ਰਹੀ ਹੈ ਬਹੁਤ ਸਾਰੇ ਕਾਰਨ ਹੈ ਕਿਉਂ ਸੁਤੰਤਰ ਹੈ ਸਾਡੀ ਨਿਆਪਾਲ ਕਾ ਇਕਤਾਈ ਵਿਧਾਨਪਾਲ ਕਾ ਔਰ ਕਾਰਜਪਾਲ ਕਾ ਦੇ ਅਸਰ ਤੋਂ ਰਹਿਤ ਹੈ ਉਹ ਇਹਦੇ ਉੱਤੇ ਪ੍ਰਭਾਵਕਾਰੀ ਨਹੀਂ ਹਨ ਬਹੁਤ ਸਾਰੀਆਂ ਬਹੁਤ ਸਾਰੇ ਇਦਾਂ ਦੇ ਪ੍ਰਬੰਧ ਕੀਤੇ ਗਏ ਜਿਵੇਂ ਜੱਜਾਂ ਦੀ ਨਿਯੁਕਤੀ ਹੈ ਉਹਦਾ ਕ੍ਰਾਈਟੇਰੀਆ ਜਿਹੜਾ ਬਣਾਇਆ ਗਿਆ ਉਹ ਵੀ ਕਿਸੇ ਤਰ੍ਹਾਂ ਦਾ ਉਹ ਉਹਦੇ ਉੱਤੇ ਸਰਕਾਰੀ ਦਖਲਅੰਦਾਜ਼ੀ ਨਹੀਂ ਹੁੰਦੀ ਜਜਾਂ ਦਾ ਕਾਰਜਕਾਲ ਨਿਸ਼ਚਿਤ ਕੀਤਾ ਗਿਆ ਉਹਨਾਂ ਦੀਆਂ ਤਨਖਾਹਾਂ ਨਿਸ਼ਚਿਤ ਕੀਤੀਆਂ ਗਈਆਂ ਉਹਨਾਂ ਦਾ ਲੰਬਾ ਕਾਰਜਕਾਲ ਹੁੰਦਾ ਹੈ ਉਹਨਾਂ ਨੂੰ ਅਹੁਦੇ ਤੋਂ ਹਟਾਉਣਾ ਬਹੁਤ ਸੌਖਾ ਨਹੀਂ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਧਿਆਨ ਤੇ ਰੱਖਦੇ ਹਾਂ ਤਾਂ ਅਸੀਂ ਇਹ ਮੰਨਾਂਗੇ ਕਿ ਸਾਡੀ ਜਿਹੜੀ ਨਿਆਂਪਾਲਿਕਾ ਹੈ ਉਹ ਸੁਤੰਤਰ ਹੈ ਅਗਰ ਨਿਆਂਪਾਲਿਕਾ ਸੁਤੰਤਰ ਹੈ ਤਾਂ ਹੀ ਦੇਸ਼ ਲੋਕਤੰਤਰੀਕ ਹੋਏਗਾ ਅਗਲੀ ਗੱਲ ਅਸੀਂ ਕਰਦੇ ਹਾਂ ਜੀ ਕਾਨੂੰਨ ਦਾ ਸ਼ਾਸਨ ਲੋਕਤੰਤਰ ਦੇ ਵਿੱਚ ਇਹ ਬਿਲਕੁਲ ਸਾਫ਼ ਤੇ ਸਪਸ਼ਟ ਲਿਖਿਆ ਜਾਂਦਾ ਮੈਂ ਧਾਰਾ 14 15 ਤੋਂ ਲੈ ਕੇ 17 ਦੀ ਗੱਲ ਕਰਨਾ ਚਾਹਾਂਗਾ ਤੁਹਾਡੇ ਨਾਲ ਧਾਰਾ 14 ਦੇ ਵਿੱਚ ਲਿਖਿਆ ਹੋਇਆ ਬਿਲਕੁਲ ਜਿਹੜਾ ਫੰਡਾਮੈਂਟਲ ਰਾਈਟਸ ਦੀ ਸਮਾਨਤਾ ਦਾ ਪੜਿਆ ਸੀ ਉਹ ਚ ਲਿਖਿਆ ਕਾਨੂੰਨ ਦੇ ਸਾਹਮਣੇ ਸਮਾਨ ਨੇ ਸਾਰੇ ਦੇਸ਼ ਦਾ ਕੋਈ ਵੀ ਨਾਗਰਿਕ ਚਾਹੇ ਉਹ ਅਮੀਰ ਹੈ ਗਰੀਬ ਹੈ ਕਿਸੇ ਵੀ ਅਹੁਦੇ ਤੇ ਲੱਗਾ ਹੋਇਆ ਚਾਹੇ ਉਹ ਮੰਤਰੀ ਹੈ ਚਾਹੇ ਉਹ ਪ੍ਰਧਾਨ ਮੰਤਰੀ ਹੈ ਉਹ ਕਾਨੂੰਨ ਦੀ ਨਜ਼ਰ ਦੇ ਵਿੱਚ ਸਮਾਨ ਹੈ ਇਸੇ ਤਰ੍ਹਾਂ ਧਾਰਾ 15 ਹੈ ਧਾਰਾ 17 ਦਾ ਜ਼ਿਕਰ ਕਰੀਏ ਔਰ ਹੋਰ ਬਹੁਤ ਸਾਰੀਆਂ ਵਿਧਾਵਾਂ ਐਸੀਆਂ ਹੈਗੀਆਂ ਜਿਹੜੀਆਂ ਦੱਸਦੀਆਂ ਕਿ ਕਾਨੂੰਨ ਦੀ ਨਜ਼ਰ ਦੇ ਵਿੱਚ ਅਸੀਂ ਸਾਰੇ ਬਰਾਬਰ ਹਾਂ ਦੇਸ਼ ਦੇ ਵਿੱਚ ਕਿਸੇ ਸਰਕਾਰ ਦਾ ਕਾਨੂੰਨ ਨਹੀਂ ਸਗੋ ਸ਼ਾਸਨ ਨਹੀਂ ਹੈ ਸਗੋ ਕਾਨੂੰਨ ਦਾ ਸ਼ਾਸਨ ਹੈ ਸੋ ਕਾਨੂੰਨ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ ਇਹ ਲੋਕਤੰਤਰ ਦੀ ਬਹੁਤ ਅਹਿਮ ਵਿਸ਼ੇਸ਼ਤਾ ਹੈ ਇਹ ਇਹਦੇ ਨਾਲ ਹੁੰਦਾ ਕਿ ਇਹ ਕਿ ਸਰਕਾਰਾਂ ਆਪਣੀ ਮਨਮਰਜ਼ੀ ਨਹੀਂ ਕਰ ਸਕਦੀਆਂ ਕਾਨੂੰਨ ਜਦੋਂ ਬਣਾਇਆ ਜਾਂਦਾ ਉਹਦੀ ਗੱਲ ਵੀ ਅਸੀਂ ਕਲਾਸ ਦੇ ਤੁਹਾਡੇ ਨਾਲ ਕਰਦੇ ਹਾਂ ਕਿ ਕਾਨੂੰਨ ਬਣਾਉਣਾ ਉਹਦੇ ਵਿੱਚ ਜਦੋਂ ਇੱਕ ਵਾਰ ਕਾਨੂੰਨ ਬਣ ਜਾਂਦਾ ਤੇ ਫਿਰ ਬਹੁਤ ਜਲਦੀ ਨਾਲ ਉਹਦੇ ਵਿੱਚ ਸੋਧ ਕਰਨੀ ਜਿਹੜੀ ਇਹ ਸੰਭਵ ਨਹੀਂ ਹੁੰਦੀ ਸੋ ਕਾਨੂੰਨ ਮੰਨਣਾ ਹਰ ਇੱਕ ਨਾਗਰਿਕ ਵਾਸਤੇ ਜ਼ਰੂਰੀ ਹੁੰਦਾ ਹੈ ਵਿਰੋਧੀ ਧਿਰ ਦਾ ਸਤਿਕਾਰ ਇਹ ਬਹੁਤ ਜ਼ਰੂਰੀ ਹੈ ਕਿ ਲੋਕਤੰਤਰ ਦੀ ਸਫਲਤਾ ਵਾਸਤੇ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬੜਾ ਜ਼ਰੂਰੀ ਹੈ ਮੈਂ ਸ਼ੁਰੂ ਵਿੱਚ ਹੀ ਦੱਸ ਦੇਣਾ ਚਾਹੁੰਦਾ ਕਿ ਸਾਡੀ ਬਦਕਿਸਮਤੀ ਕਹਾਂਗਾ ਮੈਂ ਸਾਡੇ ਦੇਸ਼ ਦੀ ਕਿ ਜਿਹੜੀ ਸਾਡੀ 16ਵੀਂ ਔਰ 17ਵੀਂ ਲੋਕ ਸਭਾ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਵਿਰੋਧੀ ਧਿਰ ਬੜੀ ਕਮਜ਼ੋਰ ਹੈ ਔਰ ਕੋਈ ਵੀ ਧਿਰ ਜਿਹੜੀ ਹੈ ਇੰਨੀ ਮਜ਼ਬੂਤ ਹੋ ਕੇ ਸਾਹਮਣੇ ਨਹੀਂ ਆ ਸਕੀ ਕਿ ਉਹ ਸਾਡੀ ਵਿਧਾਨਪਾਲਿਕਾ ਵਿਧਾਨ ਸਭਾ ਦੀਆਂ ਜਿੰਨੀਆਂ ਵੀ ਵਿਧਾਨਪਾਲਿਕਾ ਦੀਆਂ ਸੀਟਾਂ ਨੇ ਲੋਕ ਸਭਾ ਦੀਆਂ ਸੌਰੀ ਲੋਕ ਸਭਾ ਦੀਆਂ 545 ਸੀਟਾਂ ਦੇ ਵਿੱਚ 10% ਸੀਟਾਂ ਵੀ ਨਹੀਂ ਲੈ ਸਕੇ ਤਾਂ ਕਿ ਉਹਨਾਂ ਦੇ ਨੇਤਾ ਨੂੰ ਵਿਰੋਧੀ ਦਲ ਦੇ ਨੇਤਾ ਦਾ ਦਰਜਾ ਵੀ ਮਿਲ ਸਕੇ ਸੋ ਇੱਕ ਕਮਜ਼ੋਰੀ ਹੈ ਪਰ ਖਾਸੀਅਤ ਇਹ ਹੈ ਕਿ ਵਿਰੋਧੀਧਿਰ ਦਾ ਸਤਿਕਾਰ ਬਹੁਤ ਕੀਤਾ ਜਾਂਦਾ ਜਦੋਂ ਵੀ ਕੋ ਕਾਨੂੰਨ ਬਣਾਇਆ ਜਾਂਦਾ ਜਾਂ ਕੋਈ ਮੀਟਿੰਗਸ ਕੀਤੀਆਂ ਜਾਂਦੀਆਂ ਤਾਂ ਵਿਰੋਧੀ ਧਿਰ ਦੀ ਗੱਲ ਸੁਣੀ ਜਾਂਦੀ ਹੈ ਵਿਰੋਧੀ ਧਿਰ ਇੰਨਾ ਅਹਿਮ ਹੈ ਕਿ ਉਹ ਸਰਕਾਰ ਨੂੰ ਆਪਣੀ ਮਨਮਰਜ਼ੀ ਕਰਨ ਤੋਂ ਰੋਕਦਾ ਹੈ ਸਰਕਾਰ ਦੀਆਂ ਕਮੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਉਂਦਾ ਐਂਡ ਸੋ ਆਨ ਬਹੁਤ ਸਾਰੇ ਕਾਰਨ ਹਨ ਜਿੱਥੇ ਜੇ ਵਿਰੋਧੀ ਧਿਰ ਨਾ ਹੋਵੇ ਤਾਂ ਸਮਝੋ ਕਿ ਸਰਕਾਰ ਜਿਹੜੀ ਹੈ ਉਹ ਤਾਨਾਸ਼ਾਹ ਬਣ ਸਕਦੀ ਹੈ ਇੰਨਾ ਇੰਪੋਰਟੈਂਟ ਹੈ ਇਹ ਧਿਰ ਦਾ ਹੋਣਾ ਇਹ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਵੀ ਦੇਖੋ ਵਿਰੋਧੀ ਧਿਰ ਦੀਆਂ ਸਾਨੂੰ ਬਰਾਬਰ ਦੀਆਂ ਸੀਟਾਂ ਨਜ਼ਰ ਆ ਰਹੀਆਂ ਅਗਰ ਇਸ ਤਰ੍ਹਾਂ ਦੀ ਫਸਵੀ ਟੱਕਰ ਵਾਲੀ ਵਿਰੋਧੀ ਤੇ ਰਹਿ ਗਈ ਹੈ ਤਾਂ ਅਸੀਂ ਸਮਝਾਂਗੇ ਕਿ ਲੋਕਤੰਤਰ ਬੜੀ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਉਹ ਸਾਡੇ ਜਿਹੜੇ ਨਾਗਰਿਕ ਆ ਉਹ ਬੜੇ ਸੁਜਵਾਨ ਹੈ ਉਹ ਆਪਣੀ ਵੋਟ ਬਹੁਤ ਸੋਚ ਸਮਝ ਕੇ ਪਾਉਂਦੇ ਆ ਅਗਲੀ ਗੱਲ ਹੈ ਬਹੁਦਲ ਪ੍ਰਣਾਲੀ ਵੱਖ-ਵੱਖ ਦੇਸ਼ਾਂ ਦੇ ਵਿੱਚ ਕਿਤੇ ਇੱਕ ਦਲ ਪ੍ਰਣਾਲੀ ਹੈ ਕਿਤੇ ਬਹੁਦਲ ਪ੍ਰਣਾਲੀ ਹੈ ਕਿਤੇ ਦੋ ਦਲ ਪ੍ਰਣਾਲੀ ਹੈ ਸਾਡੇ ਦੇਸ਼ ਦੇ ਵਿੱਚ ਬਹੁਦਲ ਪ੍ਰਣਾਲੀ ਹੈ ਇਹਦੇ ਲਾਭ ਘਾਟ ਤੇ ਨੁਕਸਾਨ ਜ਼ਿਆਦਾ ਨੇ ਪਰ ਕਿਉਂਕਿ ਸਾਡੇ ਦੇਸ਼ ਦੇ ਵਿੱਚ ਵੱਖਰਤਾਵਾਂ ਬਹੁਤ ਹੈ ਇਸ ਕਰਕੇ ਬੋਦਲ ਪ੍ਰਣਾਲੀ ਵੀ ਲਾਗੂ ਕਰਨੀ ਪਈ ਕਿਉਂਕਿ ਪ੍ਰਣਾਲੀਆਂ ਸੌਰੀ ਦਲ ਜਿਹੜੇ ਹੈ ਬਹੁਤ ਨੇ ਲਗਭਗ ਜਿਹੜੇ 8 ਨੇ ਉਹ ਰਾਸ਼ਟਰੀ ਰਾਜਨੀਤਿਕ ਦਲ ਨੇ ਇਲੈਕਸ਼ਨ ਕਮਿਸ਼ਨ ਦੇ ਅਨਸਾਰ ਜੇ ਤਾਜ਼ਾ ਡਾਟਾ ਚ ਕਿਹਾ ਤਾਂ 54 ਦੇ ਕਰੀਬ ਜਿਹੜੇ ਆ ਉਹ ਰਾਜ ਰਾਜਨੀਤਿਕ ਦਲ ਹੈ ਔਰ ਬਹੁਤ ਵੱਡੀ ਗਿਣਤੀ ਜਨਹੀਂ 2597 ਲੇਟਸ ਜਿਹੜੀ ਗਿਣਤੀ ਹੈ ਇਲੈਕਸ਼ਨ ਕਮਿਸ਼ਨ ਦੀ ਇੰਨੇ ਜ਼ਿਆਦਾ ਦਲ ਨੇ ਜਿਹੜੇ ਰਜਿਸਟਰਡ ਨਹੀਂ ਹੈਗੇ ਸਿਰਫ ਪਹਿਲੇ 8 ਔਰ 54 ਜਿਹੜੇ ਇਹ ਇਲੈਕਸ਼ਨ ਕਮਿਸ਼ਨ ਦੇ ਕੋਲ ਰਜਿਸਟਰਡ ਦਲ ਨੇ ਔਰ 25 2600 ਦੇ ਕਰੀਬ ਜਿਹੜੇ ਦਲ ਹੈ ਉਹ ਅਨਰਜਿਸਟਰਡ ਨੇ ਇਲੈਕਸ਼ਨ ਵੀ ਲੜਦੇ ਆ ਭਾਗ ਵੀ ਲੈਂਦੇ ਆ ਸੋ ਤੁਸੀਂ ਸੋਚ ਸਕਦੇ ਆ ਕਿ ਬਹੁਦਲ ਪ੍ਰਣਾਲੀ ਦੇ ਵਿੱਚ ਇਹਦੀਆਂ ਕਿੰਨੀਆਂ ਕਮੀਆਂ ਸਾਹਮਣੇ ਆਉਣਗੀਆਂ ਸਰਕਾਰ ਜਿਹੜੀ ਹੈ ਬਹੁਮਤ ਦੇ ਸਾਹਮਣੇ ਆਉਣੀ ਬੜੀ ਔਖੀ ਹੋ ਜਾਂਦੀ ਹੈ ਵਿਰੋਧੀ ਦਲ ਕਮਜ਼ੋਰ ਹੋ ਜਾਂਦਾ ਤੇ ਹੋਰ ਬਹੁਤ ਸਾਰੀਆਂ ਕਮਜ਼ੋਰੀਆਂ ਜਿਹੜੀਆਂ ਤੁਹਾਡੇ ਅਧਿਆਪਕ ਵੀ ਤੁਹਾਡੇ ਨਾਲ ਸਾਂਝੀਆਂ ਕਰਨਗੇ ਜ਼ਰੂਰ ਧਰਮ ਨਿਰਪੱਖ ਰਾਜ ਇੰਡੀਆ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਇੱਕ ਧਰਮ ਨਿਰਪੱਖ ਰਾਜ ਹੈ 1900 ਜਿਹੜੀ 42ਵੀਂ ਸੋਧ ਕੀਤੀ ਗਈ 1976 ਦੇ ਵਿੱਚ ਉਹਦੇ ਵਿੱਚ ਇਹ ਧਰਮ ਨਿਰਪੱਖ ਸ਼ਬਦ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸਪੈਸ਼ਲੀ ਜੋੜਿਆ ਗਿਆ ਭਾਵੇਂ ਸਾਡੇ ਦੇਸ਼ ਦੇ ਵਿੱਚ ਕਿਸੇ ਵੀ ਧਰਮ ਨੂੰ ਸਰਕਾਰੀ ਤੌਰ ਤੇ ਮਾਨਤਾ ਨਹੀਂ ਹੈ ਕਿਸੇ ਵੀ ਧਰਮ ਦਾ ਪ੍ਰਚਾਰ ਸਰਕਾਰੀ ਤੌਰ ਤੇ ਨਹੀਂ ਕੀਤਾ ਜਾ ਸਕਦਾ ਜਾਂ ਮੈਂ ਦੂਜੇ ਸ਼ਬਦਾਂ ਵਿੱਚ ਕਹਾਂ ਕਿ ਸਾਰੇ ਹੀ ਧਰਮਾਂ ਦਾ ਸਤਕਾਰ ਕੀਤਾ ਜਾਂਦਾ ਹੈ ਸਾਨੂੰ ਕੋਈ ਵੀ ਧਰਮ ਜਿਹੜਾ ਆਪਣੀ ਜ਼ਮੀਰ ਦੀ ਆਵਾਜ਼ ਦੇ ਅਨਸਾਰ ਗ੍ਰੈਂਡ ਕਰਨ ਦੀ ਆਗਿਆ ਹੈ ਧਾਰਾ ਆਰਟੀਕਲ ਜਿਹੜਾ 25 ਤੋਂ ਲੈ ਕੇ 28 ਹੈ ਉਹ ਸਾਨੂੰ ਧਾਰਮਿਕ ਸੁਤੰਤਰਤਾ ਦਿੰਦਾ ਹੈ ਸੋ ਇਹ ਜਿੰਨੀਆਂ ਵੀ ਅਸੀਂ ਹੁਣ ਤੱਕ ਤੁਸੀਂ ਦੇਖੋ ਬਹੁਤ ਖੂਬਸੂਰਤ ਗੱਲ ਇਹ ਹੈ ਕਿ ਵੱਖ-ਵੱਖ ਧਰਮਾਂ ਦੇ ਨਾਮ ਲਿਖੇ ਹੋਏ ਆ ਇਨਾਂ ਦੇ ਵਿੱਚ ਇੱਕ ਇੱਕ ਅੱਖਰ ਨੂੰ ਚੱਕ ਕੇ ਸ਼ਬਦ ਬਣਾਇਆ ਗਿਆ ਇੰਡੀਅਨ ਭਾਰਤ ਇਹ ਬੜੀ ਖੂਬਸੂਰਤੀ ਦੇ ਨਾਲ ਕਿਸੇ ਨੇ ਇਹ ਕਾਰਡ ਕੱਢੀ ਹੈ ਕਿ ਜੇ ਵੱਖ-ਵੱਖ ਧਰਮਾਂ ਦੇ ਵਿੱਚੋਂ ਇੱਕ ਇੱਕ ਸ਼ਬਦ ਵੀ ਲੈ ਕੇ ਅਸੀਂ ਇੰਡੀਆ ਬਣਾਉਣਾ ਇਹਦਾ ਮਤਲਬ ਹੈ ਕਿ ਅਸੀਂ ਸਾਰੇ ਧਰਮਾਂ ਦਾ ਆਦਰ ਕਰਦੇ ਹਾਂ ਸੋ ਸਾਡਾ ਭਾਰਤ ਜਿਹੜਾ ਆ ਇਹ ਧਰਮ ਨਿਰਪੱਖ ਰਾਜ ਹੈ ਸੋ ਇਹ ਕੁਝ ਇੱਕ ਵਿਸ਼ੇਸ਼ਤਾਵਾਂ ਜਿਹੜੀਆਂ ਮੈਂ ਗੱਲ ਕੀਤੀਆਂ ਇਹਦੇ ਨਾਲ ਹੀ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਹਾਂ ਕਿ ਕਈ ਵਾਰ ਪੇਪਰ ਦੇ ਵਿੱਚ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਦਾ ਆ ਜਾਂਦਾ ਹੈ ਪ੍ਰਸ਼ਨ ਔਰ ਕਈ ਵਾਰ ਕੀ ਹੁੰਦਾ ਕਿ ਉਸ ਜਗ੍ਹਾ ਤੇ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਆਉਂਦੀਆਂ ਇਹ ਗੱਲ ਤੁਸੀਂ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਣੀ ਹੈ ਕਿ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਆਉਣ ਤਾਂ ਤੁਸੀਂ ਫੋਕਸ ਕਰਨਾ ਹੈ ਪ੍ਰਧਾਨ ਮੰਤਰੀ ਦੀ ਅਗਵਾਈ ਜਿਹੜੀ ਕਾਰਜਪਾਲਿਕਾ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਨਾਮਾਤਰ ਦੀ ਕਾਰਜਪਾਲਿਕਾ ਔਰ ਸਥਾਈ ਕਾਰਜਪਾਲਿਕਾ ਜਿਹੜਾ ਬਹੁਮਤ ਦਾ ਸਤਕਾਰ ਕੀਤਾ ਜਾਂਦਾ ਹੈ ਇਹ ਵਾਲੇ ਸਾਰੇ ਗੁਣ ਜਿਹੜੇ ਆ ਉਹ ਤੁਸੀਂ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਵੱਲ ਲਿਖਣੇ ਆ ਸਮੂਹਿਕ ਜ਼ਿੰਮੇਵਾਰੀ ਵਿਅਕਤੀਗਤ ਜ਼ਿੰਮੇਵਾਰੀ ਤੁਸੀਂ ਸਮਝ ਗਿਆ ਹੋਵੋਗੇ ਇਹ ਸਾਰੇ ਪੁਆਇੰਟਸ ਜਦੋਂ ਵੀ ਤੁਸੀਂ ਤੁਹਾਨੂੰ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਪੁੱਛੀਆਂ ਜਾਂ ਤਾਂ ਉੱਥੇ ਫੋਕਸ ਕਰਨਾ ਹੈ ਜੇ ਲੋਕਤੰਤਰ ਦੀਆਂ ਜਾਂ ਸੰਵਿਧਾਨਕ ਸਰਕਾਰ ਦੀਆਂ ਸੰਵਿਧਾਨਕ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਜਾਵੇ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਜਾਵੇ ਭਾਰਤੀ ਲੋਕਤੰਤਰ ਵਿੱਚ ਕੀ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਦਾ ਪ੍ਰਸ਼ਨ ਆਵੇ ਤਾਂ ਤੁਸੀਂ ਇਹਨਾਂ ਪੁਆਇੰਟਸ ਦੇ ਉੱਤੇ ਫੋਕਸ ਕਰਨਾ ਹੈ ਜਿਹੜੇ ਮੈਂ ਤੁਹਾਨੂੰ ਡਿਸਕਸ ਕੀਤੇ ਆ ਆਓ ਅੱਗੇ ਚੱਲਦੇ ਹਾਂ ਸਾਡਾ ਜਿਹੜਾ ਅੱਜ ਦਾ ਦੂਸਰਾ ਟੌਪਿਕ ਹੈ ਕਿਉਂਕਿ ਅਸੀਂ ਭਾਰਤ ਦੇ ਲੋਕਤੰਤਰ ਦੀ ਗੱਲ ਵੀ ਕੀਤੀ ਹੈ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਹੈ ਕਿ ਲੋਕਤੰਤਰ ਕਿਵੇਂ ਦਾ ਹੈ ਸਾਡਾ ਕੀ ਕੀ ਉਹਦੀਆਂ ਖਾਸੀਅਤ ਹੈਗੀਆਂ ਇਸ ਤੋਂ ਬਾਅਦ ਮੈਨੂੰ ਇਹ ਦੱਸ ਦਿਆਂ ਥੋੜਾ ਕੋਈ ਗੁਰੇਜ਼ ਨਹੀਂ ਹੈ ਇਹ ਕਹਿਣ ਦੇ ਵਿੱਚ ਕਿ ਭਾਰਤੀ ਲੋਕਤੰਤਰ ਬੇਸ਼ੱਕ ਸਫਲਤਾ ਦੇ ਨਾਲ ਚੱਲ ਰਿਹਾ ਪਰ ਅੱਜ ਵੀ ਲਗਭਗ 77ਵਾਂ ਜਿਹੜਾ ਆਜ਼ਾਦੀ ਦਿਵਸ ਅਸੀਂ ਹੁਣੇ ਮਨਾ ਕੇ ਹਟੇ ਹਾਂ ਔਰ ਇੰਨੇ ਸਮਾਂ ਇੰਨਾ ਲੰਬਾ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਔਰ ਚੁਣੌਤੀਆਂ ਦੇ ਵਿੱਚੋਂ ਸਾਡਾ ਦੇਸ਼ ਸਾਡਾ ਲੋਕਤੰਤਰ ਨਿਕਲਦਾ ਉਹਨਾਂ ਉੱਤੇ ਵੀ ਝਾਤੀ ਪਾਉਣੀ ਜ਼ਰੂਰੀ ਹੈ ਕਿ ਉਹ ਕਿਹੜੀਆਂ ਸਮੱਸਿਆਵਾਂ ਹਨ ਔਰ ਉਹ ਸਾਡੇ ਲੋਕਤੰਤਰ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ। ਦੇਖੋ ਬੜੇ ਸਾਫ਼ ਸ਼ਬਦਾਂ ਚ ਲਿਖਿਆ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਪਰ ਪਰ ਜਦੋਂ ਲੱਗਦਾ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਕੁਝ ਗੜਬੜਤਾ ਹੈ। ਬਦਕਿਸਮਤੀ ਦੇ ਨਾਲ ਇਹ ਸਰਵੋਤਮ ਲੋਕਤੰਤਰ ਦੇ ਦਰਜੇ ਤੋਂ ਅਜੇ ਕਾਫੀ ਦੂਰ ਹੈ। ਸਰਵੋਤਮ ਲੋਕਤੰਤਰ ਨਹੀਂ ਬਣਿਆ ਸਰ ਸਰਵੋਤਮ ਮਤਲਬ ਸਭ ਤੋਂ ਵੱਡਾ ਤਾਂ ਹੈ ਜਦੋਂ ਸਭ ਤੋਂ ਵਧੀਆ ਹੋ ਜਾਏਗਾ ਪੂਰੇ ਸੰਸਾਰ ਦੇ ਤਾਂ ਫਿਰ ਇਹ ਸਰਵੋਤਮ ਵੀ ਬਣ ਜਾਏਗਾ ਅਸੀਂ ਉਮੀਦ ਕਰਦੇ ਹਾਂ ਸ਼ੋਭੀਸ਼ਾ ਦੇ ਨਾਲ ਕਿ ਸਾਡਾ ਭਾਰਤ ਜਿਹੜਾ ਹੈ ਜਿਨ੍ਹਾਂ ਚੁਣੌਤੀਆਂ ਦੀ ਅਸੀਂ ਅੱਗੇ ਗੱਲ ਕਰਨ ਜਾ ਰਹੇ ਹਾਂ ਉਹਨਾਂ ਤੋਂ ਨਜਾਤ ਪਾਏਗਾ ਔਰ ਆਉਣ ਵਾਲੇ ਸਮੇਂ ਦੇ ਸਾਡਾ ਲੋਕਤੰਤਰ ਸਭ ਤੋਂ ਵੱਡਾ ਹੋਣ ਦੇ ਨਾਲ ਨਾਲ ਸਰਵੋਤਮ ਲੋਕਤੰਤਰ ਦੇ ਰੂਪ ਦੇ ਵਿੱਚ ਉਗਰ ਕੇ ਬਾਹਰ ਆਏਗਾ ਬਹੁਤ ਸਾਰੇ ਚੈਲੰਜਸ ਹੈ ਇਹਨਾਂ ਦੀ ਆਪਾਂ ਗੱਲ ਅੱਗੇ ਚੱਲ ਕੇ ਕਰਦੇ ਹਾਂ ਜਿਵੇਂ ਵਾਇਲੈਂਸ ਦੀ ਗੱਲ ਹੈ ਸੋਸ਼ਲ ਇਨ ਇਕੁਐਲਟੀ ਹੈ ਆਰਥਿਕ ਨਾ ਬਰਾਬਰੀ ਆਓ ਅੱਗੇ ਚੱਲਦੇ ਹਾਂ ਅਗਲੀ ਸਲਾਈਡ ਦੇ ਉੱਤੇ ਔਰ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਸਭ ਤੋਂ ਪਹਿਲੀ ਜਿਹੜੀ ਆ ਸਮੱਸਿਆ ਹੈ ਜਿਹੜੀ ਲੋਕਤੰਤਰ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਦੇ ਰੂਪ ਚ ਆਉਂਦੀ ਹੈ ਉਹ ਹੈ ਜੀ ਸਮਾਜਿਕ ਅਸਮਾਨਤਾ ਮੈਂ ਨਾਲ ਦੀ ਨਾਲ ਬੇਨਤੀ ਕਰ ਦਵਾਂਗਾ ਕਿ ਅਧਿਆਪਕ ਸਾਥੀ ਬੈਠੇ ਹੋਣਗੇ ਜਰੂਰ ਕਲਾਸਰੂਮ ਦੇ ਵਿੱਚ ਬੱਚਿਆਂ ਦੇ ਨਾਲ ਹੋ ਸਕੇ ਤਾਂ ਇਹਨਾਂ ਸਲਾਈਡਸ ਦੀ ਤੁਸੀਂ ਆਪਣੇ ਕੋਲ ਫੋਟੋ ਲੈ ਸਕਦੇ ਆ ਤਾਂ ਕਿ ਤੁਸੀਂ ਆਰਾਮ ਦੇ ਨਾਲ ਇੱਕ ਇੱਕ ਪੁਆਇੰਟ ਨੂੰ ਬਾਅਦ ਦੇ ਵਿੱਚ ਬੱਚਿਆਂ ਦੇ ਨਾਲ ਥੋੜਾ ਵਿਸਥਾਰ ਦੇ ਵਿੱਚ ਵੀ ਡਿਸਕਸ ਕਰ ਸਕਦੇ ਆ ਇੱਥੇ ਸਮੇਂ ਦੀ ਕਿਉਂਕਿ ਤੁਹਾਨੂੰ ਪਤਾ ਹੈ ਪੂਰਾ ਪੂਰਾ ਸਮਾਂ ਹੁੰਦਾ ਹੈ ਤੇ ਅਸੀਂ ਕੁਝ ਗੱਲਾਂ ਸ਼ਾਰਟ ਦੇ ਵਿੱਚ ਰੱਖ ਕੇ ਚੱਲਦੇ ਆ ਸੋ ਆਨੇ ਆ ਜੀ ਪਹਿਲੇ ਪੁਆਇੰਟ ਦੇ ਉੱਤੇ ਸਮਾਜਿਕ ਅਸਮਾਨਤਾ ਸੋਸ਼ਲ ਇਨ ਇਕਵੈਲਟੀ ਜਾਂ ਪਹਿਲਾਂ ਤਾਂ ਪ੍ਰਸ਼ਨ ਆ ਸਕਦਾ ਹੈ ਕਿ ਸਮਾਜਿਕ ਅਸਮਾਨਤਾ ਹੁੰਦੀ ਕੀ ਹੈ ਬੱਚਿਆਂ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਇਹ ਗੱਲ ਵੈਸੇ ਤਾਂ ਜੇ ਤੁਸੀਂ ਇਹ ਤਸਵੀਰ ਨੂੰ ਦੇਖੋ ਤਾਂ ਇੱਥੋਂ ਵੀ ਤੁਹਾਨੂੰ ਵੱਖ-ਵੱਖ ਧਰਮਾਂ ਦਾ ਭਾਰਤ ਦੇ ਵਿੱਚ ਜਿਹੜੇ ਸਾਈਨ ਦਿੱਤੇ ਗਏ ਆ ਇਹ ਵੀ ਦੱਸਦਾ ਹੈ ਕਿ ਭਾਰਤ ਵਿੱਚ ਕਿੰਨੇ ਪ੍ਰਕਾਰ ਦੀ ਵੱਖਰਤਾ ਹੈ ਪਰ ਅਸੀਂ ਗੱਲ ਅਸਮਾਨਤਾ ਦੀ ਕਰਨ ਲੱਗੇ ਆ ਜਾਤ ਜਨਮ ਰੰਗ ਧਰਮ ਨਸਲ ਲਿੰਗ ਇਨਾਂ ਦੇ ਕਿਸੇ ਵੀ ਤਰ੍ਹਾਂ ਦੇ ਆਧਾਰ ਦੇ ਉੱਤੇ ਅਗਰ ਪੱਖਪਾਤ ਕੀਤਾ ਜਾਂਦਾ ਤੇ ਇਹਨੂੰ ਅਸੀਂ ਸਮਾਜਿਕ ਅਸਮਾਨਤਾ ਕਹਾਂਗੇ ਬੱਚਿਓ ਤੁਸੀਂ ਸਮਾਜ ਦੇ ਜਦੋਂ ਵਿਚਰਦੇ ਆ ਨਾ ਜੇ ਤੁਸੀਂ ਧਿਆਨ ਨਾਲ ਵਿਚਰਦੇ ਹੋਵੋਗੇ ਤਾਂ ਤੁਸੀਂ ਆਪਣੇ ਆਸ-ਪਾਸ ਆਪਣੇ ਗੁਆਂਢ ਆਪਣੇ ਸ਼ਹਿਰ ਆਪਣੇ ਪਿੰਡ ਦੇ ਵਿੱਚ ਜ਼ਰੂਰ ਹੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਭੇਦਭਾਵ ਹੁੰਦਾ ਦੇਖਦੇ ਹੋਵੋਗੇ ਜੇ ਤੁਸੀਂ ਇੱਕ ਸੁਚੇਤ ਨਾਗਰਿਕ ਹੋ ਤਾਂ ਤੁਹਾਡੇ ਮਨ ਵਿੱਚ ਉਹਦੇ ਪ੍ਰਤੀ ਘ੍ਰੇਣਾ ਵੀ ਪੈਦਾ ਹੁੰਦੀ ਹੋਏਗੀ ਜੇ ਨਹੀਂ ਹੁੰਦੀ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਇਹ ਬਰਾਬਰੀ ਦਾ ਜ਼ਮਾਨਾ ਹੈ ਹਰ ਇੱਕ ਬਰਾਬਰ ਹੈ ਹਰ ਇੱਕ ਨੂੰ ਅਸੀਂ ਆਦਰ ਸਤਿਕਾਰ ਦੀ ਨਜ਼ਰ ਨਾਲ ਦੇਖਣਾ ਹੁੰਦਾ ਕਿੰਦਾਂ ਦੀਆਂ ਅਸਮਾਨਤਾਵਾਂ ਹੋ ਸਕਦੀਆਂ ਧਰਮ ਜਾਂ ਜਾਤੀ ਦੇ ਆਧਾਰ ਤੇ ਭੇਦਭਾਵ ਹੁੰਦੇ ਆ ਬੇਟੇ ਅੱਜ ਦੇ ਸਮੇਂ 'ਚ ਬੇਚਕ ਅਸੀਂ ਬਹੁਤ ਵਿਕਾਸ ਕਰ ਚੁੱਕੇ ਹਾਂ ਸਾਇੰਸ ਬੜੀ ਤਰੱਕੀ ਕਰ ਚੁੱਕੀ ਹੈ ਸਾਡਾ ਦੇਸ਼ ਬੜੀ ਤਰੱਕੀ ਕਰ ਚੁੱਕਾ ਹੈ ਅਸੀਂ ਬਹੁਤ ਅੱਗੇ ਨਿਕਲ ਚੁੱਕੇ ਹਾਂ ਪਰ ਅੱਜ ਵੀ ਕੁਝ ਸੰਕੀਰਣ ਬੁੱਧੀ ਦੇ ਲੋਕ ਸੌੜੀ ਬੁੱਧੀ ਦੇ ਲੋਕ ਧਰਮ ਔਰ ਜਾਤੀ ਦੇ ਆਧਾਰ ਤੇ ਭੇਦਭਾਵ ਕਰਦੇ ਆ ਅੱਜ ਵੀ ਸਾਡੇ ਸਮਾਜ ਦੇ ਤੇ ਸਾਰਾ ਵਰਤਾਰਾ ਸਾਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਣ ਨੂੰ ਮਿਲਦਾ ਲਿੰਗ ਦੇ ਆਧਾਰ ਤੇ ਮੇਲ ਫੀਮੇਲ ਦੇ ਆਧਾਰ ਤੇ ਪੁਰਸ਼ اور ਔਰਤ ਦੇ ਲਿੰਗ ਦੇ ਆਧਾਰ ਦੇ ਉੱਤੇ ਕਿ ਔਰਤ ਹੈ ਮਜ਼ਦੂਰੀ ਘਟ ਦੇਣਾ ਜਾਂ ਕੁਝ ਜਿਹੜਾ ਲਿੰਗ ਦੇ ਆਧਾਰ ਦੇ ਉੱਤੇ ਪੱਖਪਾਤ ਕਰਨਾ ਕਿਸੇ ਵੀ ਤਰ੍ਹਾਂ ਦੇ ਨਾਲ ਉਸ ਨੂੰ ਦੁਰਕਾਰਨਾ ਇਹਨੂੰ ਅਸੀਂ ਲਿੰਗ ਦੇ ਆਧਾਰ ਤੇ ਪੱਖਪਾਤ ਕਵਾਂਗੇ ਸਮਾਜ ਦੀ ਚਾਰ ਵਰਗਾ ਜਵੰਡ ਕੀਤੀ ਹੋਈ ਹੈ ਮੇਰੇ ਖਿਆਲ ਸਾਡੇ ਸਮਾਜ ਦੀ ਸਭ ਤੋਂ ਵੱਡੀ ਬੁਰਾਈ ਦੇ ਰੂਪ ਦੇ ਵਿੱਚ ਇਹੀ ਚੀਜ਼ ਸਾਹਮਣੇ ਆਉਂਦੀ ਹੈ ਕਿ ਸਾਨੂੰ ਵੰਡਿਆ ਗਿਆ ਹੈ ਸ਼ੁਰੂ ਤੋਂ ਹੀ ਸਾਨੂੰ ਧਰਮ ਨੇ ਹੀ ਵੰਡਿਆ ਹੈ ਬ੍ਰਾਹਮਣ ਕਸ਼ਤਰੀ ਵੈਜ ਔਰ ਸ਼ੂਦਰ ਇਹ ਚਾਰ ਤਰ੍ਹਾਂ ਦੇ ਵਰਣ ਵੰਡ ਜਿਹੜੀ ਚੱਲੀ ਆ ਰਹੀ ਹੈ ਇਹ ਸਾਡੀਆਂ ਜੜਾਂ 'ਚ ਬੈਠੀ ਹੋਈ ਹੈ ਸਾਡੀ ਸੋਚ ਨੂੰ ਬਰਾਬਰਤਾ ਤੇ ਨਹੀਂ ਆਉਂ ਦਿੱਤਾ ਔਰ ਅਸੀਂ ਇਹ ਸਮਝ ਹੀ ਨਹੀਂ ਸਕੇ ਕਿ ਸਾਰੇ ਇਨਸਾਨ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਉਹ ਵਾਲਾ ਸੰਦੇਸ਼ ਸਾਡੇ ਦਿਮਾਗ ਤੇ ਹੁਣ ਜ਼ਰੂਰ ਪਹੁੰਚ ਜਾਣਾ ਚਾਹੀਦਾ ਕਿਉਂਕਿ ਹੁਣ ਅਸੀਂ ਸੂਝਵਾਨ ਹੋ ਚੁੱਕੇ ਹਾਂ ਅਸੀਂ ਤਰੱਕੀ ਕਰ ਚੁੱਕੇ ਹਾਂ ਅਸੀਂ ਪੜ੍ਹ ਲਿਖ ਚੁੱਕੇ ਹਾਂ ਸੋ ਇਹ ਜਿਹੜੀ ਵਰਗ ਵੰਡ ਹੈ ਇਸ ਤੋਂ ਦੂਰ ਹਟੋ ਔਰ ਆਪਣੇ ਇਹ ਸਮਾਜ ਵਿੱਚ ਜਿਹੜੀ ਸਮਾਜਿਕ ਅਸਮਾਨਤਾ ਹੈ ਇਸ ਨੂੰ ਅਸੀਂ ਦੂਰ ਹਟਾਈਏ ਸੰਵਿਧਾਨਿਕ ਵਿਵਸਥਾ ਦੇ باوجود ਵਿਤਕਰਾ جاری ਮੈਂ ਪਿੱਛੇ ਗੱਲ ਕੀਤੀ ਸੀ ਆਰਟੀਕਲ 15 ਦੀ ਜਿਹਦੇ ਵਿੱਚ ਭੇਦਭਾਵ ਦੀ ਮਨਾਹੀ ਕੀਤੀ ਗਈ ਹੈ ਆਰਟੀਕਲ 17 ਜਿਹਦੇ ਵਿੱਚ ਸ਼ੂਤ ਸ਼ਾਦੀ ਮਨਾਹੀ ਕੀਤੀ ਗਈ ਹੈ ਜੇ ਕੋਈ ਅਜਿਹਾ ਕਰਦਾ ਪਕੜਿਆ ਜਾਂਦਾ ਆ ਜਾਂ ਉਸ ਦੀ ਸ਼ਿਕਾਇਤ ਹੁੰਦੀ ਆ ਤਾਂ ਬਕਾਇਦਾ ਸਜ਼ਾ ਮਿਲਦੀ ਹੈ ਇਹਨਾਂ ਪ੍ਰਬੰਧ ਸੰਵਿਧਾਨ ਦੇ ਵਿੱਚ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਦੇ ਸਮੇਂ ਵਿੱਚ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਵਾਪਰ ਦਾ ਦੇਖ ਰਹੇ ਆ ਇਹ ਸਾਡੀ ਬਦਕਿਸਮਤੀ ਹੈ ਔਰ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਦਿਨ-ਬਦਨ ਇਹਦੇ ਵਿੱਚ ਸੁਧਾਰ ਹੋਏਗਾ ਸਮਾਜਿਕ ਅਸਮਾਨਤਾਵਾਂ ਦੀ ਗੱਲ ਅਸੀਂ ਕੀਤੀ ਹੈ ਲੋਕਤੰਤਰ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਵਰਗੀ ਹਿੱਤਾਂ ਦਾ ਵਿਕਾਸ ਜੇ ਅਸੀਂ ਵਰਗਾਂ ਦੀ ਗੱਲ ਕਰਦੇ ਆ ਕਿ ਸਮਾਜ ਵਿੱਚ ਜਦੋਂ ਭੇਦ-ਭੇਦ ਦੀ ਗੱਲ ਕਰਦੇ ਆ ਵੱਖਰਤਾ ਦੀ ਗੱਲ ਕਰਦੇ ਆ ਤਾਂ ਇਹਦਾ ਮਤਲਬ ਉੱਚ-ਨੀਚ ਹੈ ਵਰਗ ਤਾਂ ਬਣਾ ਹੀ ਦਿੱਤੇ ਅਸੀਂ ਚਾਹੇ ਅਮੀਰ ਗਰੀਬ ਹੈ ਚਾਹੇ ਗੋਰਾ ਕਾਲਾ ਹੈ ਚਾਹੇ ਕਿਸੇ ਵੀ ਤਰ੍ਹਾਂ ਦਾ ਉੱਚਾ-ਨੀਵਾ ਹੈ ਕੁਛ ਨਾ ਕੁਛ ਅਸੀਂ ਡਿਫਰੈਂਸ ਜਿਹੜਾ ਹੈ ਪੈਦਾ ਕਰ ਦਿੱਤਾ ਸੋ ਜੇ ਅਸੀਂ ਵਰਗ ਪੈਦਾ ਕੀਤੇ ਆ ਤਾਂ ਫਿਰ ਵਰਗੀ ਹਿੱਤਾਂ ਦਾ ਵਿਕਾਸ ਵੀ ਹੋਏਗਾ ਜਿਹੜਾ ਉੱਪਰਲਾ ਵਰਗ ਹੈ ਉਹ ਹਮੇਸ਼ਾ ਆਪਣੇ ਫਾਇਦੇ ਦੀ ਗੱਲ ਕਰੇਗਾ ਅਗਰ ਸਰਕਾਰ ਦੇ ਉੱਤੇ ਉਹਦਾ ਪ੍ਰਭਾਵ ਹੈ ਤਾਂ ਉਹ ਨੀਤੀਆਂ ਆਪਣੇ ਕੰਮ ਦੀਆਂ ਬਣਾਏਗਾ ਔਰ ਜਿਹੜਾ ਹੇਠਲਾ ਵਰਗ ਹੈ ਜਾਂ ਜਿਸ ਨੂੰ ਅਸੀਂ ਨਿਮਨ ਵਰਗ ਕਹਿੰਨੇ ਆ ਅ ਦੁਰਕਾਰਿਆ ਹੋਇਆ ਵਰਗ ਕਹਿੰਨੇ ਆ ਸਮਾਜ ਦਾ ਉਹਨਾਂ ਦੇ ਹਿੱਤ ਜਿਹੜੇ ਆ ਉਹ ਅਣਗੌਲੇ ਰਹਿ ਜਾਣਗੇ ਕਿਤੇ ਨਾ ਕਿਤੇ ਲੋਕਤੰਤਰ ਇਸ ਗੱਲ ਤੋਂ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ ਹਿੰਸਾ ਵਿੱਚ ਵਾਧਾ ਸਮਾਜ ਵਿੱਚ ਜਿੱਥੇ ਵੀ ਵੱਖਰਤਾ ਆਏਗੀ ਚਾਹੇ ਉਹ ਕਿਸੇ ਵੀ ਪ੍ਰਕਾਰ ਦੀ ਵੱਖਰਤਾ ਹੈ ਹਿੰਸਾ ਨੂੰ ਪੈਦਾ ਕਰਦੀ ਹੈ ਵੈਰ ਵਿਰੋਧ ਨੂੰ ਪੈਦਾ ਕਰਦੀ ਹੈ ਜਿਸ ਦਾ ਰਿਜ਼ਲਟ ਤੁਸੀਂ ਇਹ ਤਸਵੀਰ ਦੇ ਰੂਪ ਦੇਖ ਸਕਦੇ ਆ ਫਿਰ ਸਾਡੇ ਸਮਾਜ ਵਿੱਚ ਇਹ ਸਾਰਾ ਕੁਝ ਵਾਪਰਦਾ ਹੈ ਦੰਗੇ ਹੁੰਦੇ ਆ ਚਾਹੇ ਉਹ ਧਰਮ ਦੇ ਆਧਾਰ ਤੇ ਹੋਣ ਚਾਹੇ ਜਾਤੀ ਦੇ ਆਧਾਰ ਤੇ ਹੋਣ ਚਾਹੇ ਉੱਚ-ਨੀਚ ਦੇ ਆਧਾਰ ਤੇ ਹੋਣ ਤਾਂ ਇਹ ਚੀਜ਼ਾਂ ਜਿਹੜੀਆਂ ਸਾਡੇ ਦੇਸ਼ ਦੇ ਵਿਕਾਸ ਨੂੰ ਸਾਡੇ ਦੇਸ਼ ਦੀ ਸ਼ਾਂਤੀ ਨੂੰ ਸਾਡੇ ਦੇਸ਼ ਦੇ ਨਾਮ ਦੇ ਉੱਤੇ ਕਲੰਕ ਬਣਦੀਆਂ ਸੋ ਹਿੰਸਾ ਦੇ ਵਿੱਚ ਵਾਧਾ ਕਰਦੀ ਹੈ ਜਿਹੜੀਆਂ ਸਮਾਜਿਕ ਅਸਮਾਨਤਾ ਰਾਜਨੀਤਿਕ ਉਦਾਸੀਨਤਾ ਇਹ ਫੋਟੋ ਨੂੰ ਦੇਖ ਕੇ ਤੁਸੀਂ ਚੰਗੀ ਤਰ੍ਹਾਂ ਸਮਝ ਜਾਓਗੇ ਮੈਂ ਕਲਾਸ ਵਿੱਚ ਉਦਾਹਰਨ ਦੇਣਾ ਮੈਨੂੰ ਕੀ ਮੈਨੂੰ ਕੀ ਤੇ ਤੈਨੂੰ ਕੀ ਇਹ ਵਾਲਾ ਕਿ ਜਿਵੇਂ ਕਿਸੇ ਨੇ ਕਿਸੇ ਨੂੰ ਕਿਹਾ ਕਿ ਘਰ ਨੂੰ ਅੱਗ ਲੱਗੀ ਆ ਉਹ ਕਹਿੰਦਾ ਫਿਰ ਮੈਨੂੰ ਕੀ ਉਹ ਕਹਿੰਦਾ ਵੀ ਤੇਰੇ ਘਰ ਨੂੰ ਅੱਗ ਲੱਗੀ ਐ ਤਾਂ ਕਹਿੰਦਾ ਫਿਰ ਤੈਨੂੰ ਕੀ ਇਹ ਮੈਨੂੰ ਕੀ ਤੇ ਤੈਨੂੰ ਕੀ ਵਾਲਾ ਫਾਰਮੂਲਾ ਨਾ ਮੈਨੂੰ ਕੀ ਸਰਕਾਰ ਜਿੱਦਾਂ ਦੀ ਮਰਜ਼ੀ ਬਣ ਜਾਏ ਮੈਂ ਵੋਟਾਂ ਤੋਂ ਕੀ ਲੈਣਾ ਮੈਂ ਵੋਟ ਪਾਉਣ ਕਿਉਂ ਜਾਵਾਂ ਇਹ ਮੈਨੂੰ ਕੀ ਵਾਲਾ ਫਾਰਮੂਲਾ ਹੈਗਾ ਇਹਨੂੰ ਅਸੀਂ ਰਾਜਨੀਤਿਕ ਉਦਾਸੀਨਤਾ ਕਹਿੰਦੇ ਆ ਇਨਡਿਫਰੈਂਟ ਬਿਹੇਵੀਅਰ ਕਿ ਮੈਨੂੰ ਕੀ ਜੋ ਹੁੰਦਾ ਹੋ ਹੀ ਜਾਵੇ ਇਹ ਬਹੁਤ ਮਾੜਾ ਰਵਈਆ ਹੈ ਲੋਕਤੰਤਰ ਬਹੁਤ ਬੁਰੀ ਤਰ੍ਹਾਂ ਇਸ ਤੋਂ ਪ੍ਰਭਾਵਿਤ ਹੋ ਗਿਆ ਕਿਉਂਕਿ ਸਾਨੂੰ ਪਤਾ ਹੈ ਲੋਕਾਂ ਦੀ ਸਰਕਾਰ ਹੈ ਔਰ ਨਾਗਰਿਕਾਂ ਨੇ ਧਿਆਨ ਦੇ ਨਾਲ ਸਰਕਾਰ ਚੁਣਨੀ ਹੁੰਦੀ ਹੈ ਅਗਰ ਇਹ ਰਵਈਆ ਪੈਦਾ ਹੁੰਦਾ ਹੈ ਤਾਂ ਇਹਦੇ ਪਿੱਛੇ-ਪਿੱਛੇ ਕਾਰਨ ਜਿਹੜਾ ਹੋਏਗਾ ਉਹ ਕਿਤੇ ਨਾ ਕਿਤੇ ਸਮਾਜਿਕ ਅਸਮਾਨਤਾ ਹੋ ਸਕਦਾ ਹੈ ਰਾਜਨੀਤੀ ਉਤੇ ਵਿਸ਼ੇਸ਼ ਲੋਕਾਂ ਦਾ ਅਧਿਕਾਰ ਮੈਂ ਪਹਿਲਾਂ ਵੀ ਗੱਲਾਂ-ਗੱਲਾਂ 'ਚ ਗੱਲ ਕਰ ਚੁੱਕਾ ਹਾਂ ਕਿ ਇਹ ਵਰਗ ਪੈਦਾ ਹੋ ਗਿਆ ਤਾਂ ਉੱਪਰਲਾ ਵਰਗ ਹਮੇਸ਼ਾ ਹੀ ਆਪਣੇ ਵੱਲ ਨੂੰ ਨੀਤੀਆਂ ਦਾ ਮੂੰਹ ਮੋੜੇਗਾ ਔਰ ਨੀਤੀਆਂ ਸਾਰੀਆਂ ਉਸ ਤਰ੍ਹਾਂ ਦੀ ਬਣਨਗੀਆਂ ਜਿਦੇ ਨਾਲ ਉਹਦੇ ਆਪਣੇ ਹਿੱਤ ਜਿਹੜੇ ਆ ਸੁਰੱਖਿਅਤ ਰਹਿਣਗੇ ਔਰ ਜਿਹੜੇ ਅਣਗੌਲਿਆ ਵਰਗ ਆ ਸਾਡੇ ਸਮਾਜ ਦਾ ਉਹਦੇ ਜਿਹੜੇ ਹਿੱਤ ਆ ਉਹ ਜ਼ਰੂਰ ਪ੍ਰਭਾਵਿਤ ਹੋਣਗੇ ਸੋ ਇਹ ਸਮਾਜਿਕ ਅਸਮਾਨਤਾਵਾਂ ਲੋਕਤੰਤਰ ਉੱਤੇ ਬਹੁਤ ਪ੍ਰਭਾਵ ਪਾਉਂਦੀਆਂ ਦੂਸਰਾ ਅਸੀਂ ਅਰਥ ਗੱਲ ਕਰਾਂਗੇ ਆਰਥਿਕ ਅਸਮਾਨਤਾ ਦੀ ਇਕਨੋਮਿਕ ਇਨ ਇਕੁਐਲਟੀ ਆਰਥਿਕ ਸਮਾਨਤਾ ਬੇਟੇ ਕੀ ਹੁੰਦੀ ਹੈ ਜੀ ਧਨ ਜਾਇਦਾਦ ਆਰਥਿਕ ਸਾਧਨਾਂ ਦੇ ਆਧਾਰ ਦੇ ਉੱਤੇ ਅਗਰ ਅਸਮਾਨ ਅਸਮਾਨਤਾ ਪਾਈ ਜਾਂਦੀ ਹੈ ਸਮਾਜ ਦੇ ਦੇ ਤੈਨੂੰ ਅਸੀਂ ਆਰਥਿਕ ਅਸਮਾਨਤਾ ਕਵਾਂਗੇ ਅੱਜ ਔਸਤ 14.9 ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਆ ਇਹ ਅੰਕੜਾ ਡਿਫਰੈਂਟ ਹੋ ਸਕਦਾ ਜੀ ਕਿਉਂਕਿ ਇਹਦੇ ਵਿੱਚ ਸਰਕਾਰੀ दखਲ ਅੰਦਾਜ਼ੀ ਹੋ ਸਕਦੀ ਹੈ ਇਹਦੇ ਵਿੱਚ ਵੱਖ-ਵੱਖ ਵੈਬਸਾਈਟਸ ਦਾ ਪ੍ਰਭਾਵ ਹੋ ਸਕਦਾ ਹੈ 2015 ਤੋਂ ਲੈ ਕੇ ਹੁਣ ਤੱਕ 25-26% ਦੇ ਕਰੀਬ ਇਹ ਅੰਕੜਾ ਆਉਂਦਾ ਸੀ ਔਰ ਹੁਣ ਇਹ ਜਿਹੜਾ ਲਗਭਗ 14 ਤੱਕ ਗਿਆ ਅਗਰ ਇਹ ਸੱਚ ਹੈ ਤਾਂ ਅਸੀਂ ਖੁਸ਼ ਹੋਣਾ ਚਾਹੀਦਾ ਸਾਨੂੰ ਕਿ ਆਰਥਿਕ ਅਸਮਾਨਤਾ ਹੌਲੀ-ਹੌਲੀ ਘਟ ਰਹੀ ਹੈ ਪਰ ਜਿਹੜਾ ਗਰੀਬੀ ਰੇਖਾ ਨੂੰ ਮੈਂ ਦੂਸਰੇ ਰੰਗ ਚ ਲਿਖਿਆ ਨਾ ਇਹ ਤੁਹਾਨੂੰ ਸਮਝ ਲੈਣਾ ਚਾਹੀਦਾ ਗਰੀਬੀ ਰੇਖਾ ਇੱਕ ਅਜਿਹਾ ਆਰਥਿਕ ਪੱਧਰ ਹੁੰਦਾ ਜਿਹੜਾ ਸਰਕਾਰ ਨਿਸ਼ਚਿਤ ਕਰਦੀ ਹੈ ਕਿ ਇਸ ਤੋਂ ਘੱਟ ਕਮਾਉਣ ਵਾਲਾ ਬੰਦਾ ਜਿਹੜਾ ਹੈ ਉਹ ਗਰੀਬੀ ਰੇਖਾ ਤੋਂ ਥੱਲੇ ਹੈ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਇਹਦੀ ਜਿਹੜੀ ਭਾਰਤ ਵੱਲੋਂ ਨਿਸ਼ਚਿਤ ਕੀਤੀ ਗਈ ਸੀਮਾ ਉਹ 32 33 ਰੁਪਏ ਸ਼ਹਿਰ ਦੇ ਵਿੱਚ ਔਰ 27 ਰੁਪਏ ਪਿੰਡ ਦੇ ਵਿੱਚ ਪ੍ਰਤੀ ਦਿਨ ਖਰਚ ਦੀ ਸੀਮਾ ਹੈ ਅਗਰ ਕੋਈ ਵਿਅਕਤੀ 32 ਰੁਪਏ ਜਾਂ 27 ਰੁਪਏ ਨਹੀਂ ਖਰਚ ਰਿਹਾ ਡੇਲੀ ਤਾਂ ਉਹ ਅ ਨਹੀਂ ਖਰ ਸਕਦਾ ਤਾਂ ਉਸ ਨੂੰ ਅਸੀਂ ਗਰੀਬੀ ਰੇਖਾ ਤੋਂ ਥੱਲੇ ਸਮਝਾਂਗੇ ਮੈਂ ਜ਼ਿਕਰ ਕਰਨਾ ਚਾਹੁੰਦਾ ਐਮ ਡੀਜੀ ਮਿਲੇਨੀਅਮ ਡਵੈਲਪਮੈਂਟ ਗੋਲਸ ਸਰਵੇ ਹੋਇਆ ਹੈ ਕਿ ਯੂਨੋ ਦੇ ਅੰਡਰ ਔਰ ਉਹਨਾਂ ਨੇ ਇਹ ਦੱਸਿਆ ਕਿ ਭਾਰਤ ਦੇ ਜਿਹੜੇ 80 ਮਿਲੀਅਨ ਲੋਕ ਜਿਹੜੇ ਆ ਜਿਹਦੇ ਵਿੱਚ ਟੋਟਲ ਆਬਾਦੀ ਦਾ 6.7% ਲੋਕ 1.25 ਡਾਲਰ ਪ੍ਰਤੀ ਦਿਨ ਉਹਨਾਂ ਦੀ ਖਰਚਣ ਦੀ ਸਿਰਫ ਲਿਮਟ ਹੈਗੀ ਹੈ ਅ ਇਹ ਇਸ ਤੋਂ ਬਾਅਦ ਜਿਹੜਾ 84% ਲੋਕ ਜਿਹੜੇ ਆ ਉਹ 6. 85 ڈالر یعنی 7 ڈالر ਤੋਂ ਵੀ ਘੱਟ ਉਹਨਾਂ ਦੀ ਜਿਹੜੀ ਹੈ ਆਮਦਨ ਜਿਹੜੀ ਹੈ ਮੰਥਲੀ ਆਮਦਨ ਹੈਗੀ ਆ ਸਾਲਾਨਾ ਆਮਦਨ ਜਿਹੜੀ ਹੈ 24200 ਰੁਪਏ ਮਿਥੀ ਹੁੰਦੀ ਹੈ ਜਿਹੜਾ ਇਸ ਤੋਂ ਘੱਟ ਹੈ ਉਸ ਨੂੰ ਅਸੀਂ ਗਰੀਬੀ ਰੇਖਾ ਤੋਂ ਥੱਲੇ ਸਮਝਦੇ ਹਾਂ ਤੇ ਯੂ ਐਸ ਦੀ ਇਹ ਰੇਸ਼ਿਓ ਜਿਹੜੀ ਹੈ 14 ڈالر ਪ੍ਰਤੀ ਦਿਨ ਹੈ ਭਾਰਤ ਦੀ 0.5 ਹੈ ਭਾਰਤ ਵਿੱਚ ਅੱਧਾ ਡਾਲਰ ਔਰ ਯੂ ਐਸ ਦੇ ਵਿੱਚ 14 ਡਾਲਰ ਤੁਸੀਂ ਦੇਖੋ ਕਿੰਨਾ ਵੱਡਾ ਫਰਕ ਹੈ ਸਾਡੀ ਔਰ ਉਹਨਾਂ ਦੀ ਖਰਚ ਦੀ ਕਪੈਸਿਟੀ ਦੇ ਵਿੱਚ ਇਹਦਾ ਮਤਲਬ ਸਾਡੇ ਦੇਸ਼ ਵਿੱਚ ਬਹੁਤ ਲੋਕ ਅਜੇ ਵੀ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਐ ਸੋ ਜਦੋਂ ਇਸ ਤਰ੍ਹਾਂ ਦਾ ਗਰੀਬ ਤਬਕਾ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਹੋਏਗਾ ਤਾਂ ਸਾਡਾ ਦੇਸ਼ ਜਿਹੜਾ ਆਰਥਿਕ ਅਸਮਾਨਤਾ ਦਾ ਸ਼ਿਕਾਰ ਹੋਏਗਾ ਲੋਕ ਲੋਕਤੰਤਰ ਨੂੰ ਪ੍ਰਭਾਵਿਤ ਕਰਨਗੇ ਕਿਵੇਂ ਆਓ ਦੇਖਦੇ ਹਾਂ ਕੀ ਪ੍ਰਭਾਵ ਪੈਂਦੇ ਆ ਜੀ ਗਰੀਬ ਦੁਆਰਾ ਮਤਦਾਨ ਹੱਕ ਦਾ ਠੀਕ ਪ੍ਰਯੋਗ ਸੰਭਵ ਨਹੀਂ ਐ ਪਹਿਲੀ ਫੋਟੋ ਦੇਖ ਲਓ ਪੈਸੇ ਦੇ ਦਿਓ ਔਰ ਮੈਨੂੰ ਵੋਟ ਦੇ ਦਿਓ ਇਸੇ ਤਰ੍ਹਾਂ ਅਮੀਰਾਂ ਦੇ ਹਿੱਤਾਂ ਦੇ ਵਿੱਚ ਕਾਨੂੰਨ ਦਾ ਨਿਰਮਾਣ ਇਹ ਗੱਲ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਉਹ ਆਪਣੀ ਪਾਵਰ ਆਪਣੇ ਲਈ ਜ਼ਰੂਰ ਵਰਤਣਗੇ ਸਮਾਜ ਦੀਆਂ ਸ਼੍ਰੇਣੀਆਂ ਦੇ ਵਿੱਚ ਵੰਡਿਆ ਜਾਏਗਾ ਸਮਾਜ ਉੱਚ-ਨੀਚ ਦੇ ਵਿੱਚ ਕਿਉਂਕਿ ਆਰਥਿਕ ਨਾ ਬਰਾਬਰੀ ਹੈ ਗਰੀਬ ਵਿਅਕਤੀ ਚੋਣ ਨਹੀਂ ਲੜ ਸਕਦਾ ਕਿਉਂਕਿ ਬਹੁਤ ਜ਼ਿਆਦਾ ਖਰਚ ਹੈ ਚੋਣਾਂ ਦੇ ਉੱਤੇ ਇਸ ਲਈ ਗਰੀਬ ਵਿਅਕਤੀ ਲਈ ਚੋਣ ਲੜਨਾ ਔਖਾ ਹੋ ਜਾਏਗਾ ਬੇਸ਼ੱਕ ਜਿੰਨੀ ਮਰਜ਼ੀ ਵਧੀਆ ਕੁਆਲਿਟੀ ਦਾ ਵਿਅਕਤੀ ਹੋਵੇ ਭ੍ਰਸ਼ਟਾਚਾਰ ਵਿੱਚ ਵਾਧਾ ਇਹ ਸਾਰੀਆਂ ਫੋਟੋ ਜਿਹੜੀਆਂ ਇਹ ਭ੍ਰਸ਼ਟਾਚਾਰ ਨੂੰ ਦਰਸਾਉਂਦੀਆਂ ਆ ਇਹ ਸਾਰਾ ਪ੍ਰਭਾਵ ਜਿਹੜਾ ਆਰਥਿਕ ਅਸਮ ਸਮੱਸਿਆ ਹੈ ਉਹ ਹੈ ਇਲੀਟਰੇਸੀ ਅਨਪੜਤਾ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਵਿਦਿਆ ਨੂੰ ਮੌਲਿਕ ਅਧਿਕਾਰਾਂ ਕਰਤਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਤੁਸੀਂ ਸਮਝਦੇ ਹੋ ਧਾਰਾ 21 ए ਜੋੜ ਕੇ ਜਿਹੜਾ ਫੰਡਮੈਂਟਲ ਰਾਈਟਸ ਦੇ ਵਿੱਚ ਜਿਹੜੀ ਲਾਜ਼ਮੀ ਵਿਦਿਆ ਹੈ ਉਸ ਨੂੰ ਜੋੜ ਦਿੱਤਾ ਗਿਆ ਹੈ ਧਾਰਾ 51 ए ਚੌਥੇ ਅਧਿਆਇ ਦੀ ਉਹਦੇ ਵਿੱਚ ਵੀ ਇੱਕ ਕਰਤਵ ਐਡ ਕਰ ਦਿੱਤਾ ਗਿਆ 11ਵਾਂ ਔਰ ਉਹਦੇ ਨਾਲ ਹੀ ਇਹ ਫੰਡਮੈਂਟਲ ਰਾਈਟ ਜਿਹੜਾ ਉਹਦੇ ਉੱਤੇ ਮੋਹਰ ਲੱਗ ਜਾਂਦੀ ਹੈ ਇਸ ਦੇ ਬਾਵਜੂਦ ਵੀ ਦੇਸ਼ ਦੇ 26% ਲੋਕ ਲਗਭਗ ਅਨਪੜਾ ਹੈ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਸਾਡੇ ਦੇਸ਼ ਦੇ 74% ਲੋਕ ਜਿਹੜੇ ਉਹ ਵੀ ਮੇਲ ਡਾਟਾ ਆ ਫੀਮੇਲ ਦੀ ਗਿਣਤੀ ਇਸ ਤੋਂ ਵੀ ਘੱਟ ਹੈ ਸੋ ਇਹ ਅਫਸੋਰਸ ਦੀ ਗੱਲ ਹੈ ਕਿ ਇੰਨੇ ਲੋਕ ਅਜੇ ਵੀ ਸਾਡੇ ਦੇਸ਼ ਚ ਅਨਪੜਾ ਹੈ ਅਨਪੜਤਾ ਵੱਡੀ ਸਮੱਸਿਆ ਹੈ ਕੀ ਪ੍ਰਭਾਵ ਪਾਉਂਦੀ ਹੈ ਸਿਆਣੇ ਪ੍ਰਤੀਨਿਧਾਂ ਦੀ ਥਾਂ ਤੇ ਗਲਤ ਆਗੂਆਂ ਦੀ ਚੋਣ ਬਾਇਸਡ ਬਾਇਸ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਹੀ ਵੱਖਰਤਾ ਹੈ ਉਹਨਾਂ ਇਹ ਅਜੇ ਪ੍ਰਤੀਨਿਧ ਚੁਣੇ ਜਾ ਸਕਦੇ ਆ ਕਿਉਂਕਿ ਅਨਪੜ ਲੋਕ ਹੋਣ ਕਰਕੇ ਸੂਝਵਾਨ ਨਾਗਰਿਕ ਨਹੀਂ ਹੈ ਵੋਟ ਸੂਝ ਨਾਲ ਨਹੀਂ ਪਾਉਣਗੇ ਗਲਤ ਲੋਕਾਂ ਦੀ ਚੋਇਸ ਕਰਨਗੇ ਅਨਪੜਵ ਵਿਅਕਤੀ ਦੇ ਦੇਸ਼ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝ ਸਕਦਾ ਜੇ ਦੇਸ਼ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝੇਗਾ ਤਾਂ ਉਹ ਸਰਕਾਰਾਂ ਨੂੰ ਨਾ ਤਾਂ ਚੰਗਾ ਯੋਗਦਾਨ ਦੇ ਸਕਦਾ ਨਾ ਹੀ ਉਹ ਚੰਗੀ ਸੂਝਬੂਝ ਜਿਹੜੀ ਹੈ ਸਮਾਜ ਦੇ ਵਿੱਚ ਕੋਈ ਗੱਲ ਕਰ ਸਕਦਾ ਹੈ ਸਮਾਜਿਕ ਰਵਈਆ ਜਿਹੜਾ ਸਰਕਾਰ ਦੇ ਵਿਰੁੱਧ ਵੀ ਹੋ ਸਕਦਾ ਹੈ ਸਰਕਾਰ ਦੇ ਪੱਖ ਵਿੱਚ ਵੀ ਹੋ ਸਕਦਾ ਹੈ ਪਰ ਲੋਕਾਂ ਦਾ ਸਰਕਾਰ ਨੂੰ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ ਸੋ ਅਨਪੜਤਾ ਦੀ ਕਮੀ ਦੇ ਵਿੱਚ ਸੌਰੀ ਅਨਪੜਤਾ ਦੀ ਹੋਂਦ ਦੇ ਵਿੱਚ ਲੋਕਾਂ ਦੀ ਸਿਆਣਪ ਜਿਹੜੀ ਆ ਉਹ ਕਿਤੇ ਦੂਰ ਰਹਿ ਜਾਂਦੀ ਆ ਰੂੜੀਵਾਦੀ ਤੇ ਸੰਕੀਰਨ ਦ੍ਰਿਸ਼ਟੀਕੋਣ ਸਾਡੀ ਸੋਚ ਦਾ ਦਾਇਰਾ ਬੜਾ ਸੀਮਤ ਹੋ ਜਾਂਦਾ ਜਦੋਂ ਅਸੀਂ ਘੱਟ ਪੜੇ ਲਿਖੇ ਹੁੰਨੇ ਆ ਭੋਲੇ ਭਾਲੇ ਲੋਕਾਂ ਨੂੰ ਗੁਮਰਾ ਕਰਨਾ ਸੌਖਾ ਹੈ ਜੀ ਜੋ ਕਿਸੇ ਨੂੰ ਕਵਾਂਗੇ ਮੰਨ ਜਾਏਗਾ ਕਿਉਂਕਿ ਉਹਨੂੰ ਆਪਣੀ ਸਮੱਸਿਆ ਪਤਾ ਹੀ ਨਹੀਂ ਐ ਦੇਸ਼ ਦੀ ਸਮੱਸਿਆ ਪਤਾ ਹੀ ਨਹੀਂ ਐ ਰਿਐਲਿਟੀ ਨਹੀਂ ਪਤਾ ਜੋ ਉਸ ਨੂੰ ਕਵਾਂਗੇ ਉਹ ਮੰਨ ਜਾਏਗਾ ਇਸ ਲਈ ਭੋਲੇ ਭਾਲੇ ਲੋਕਾਂ ਨੂੰ ਥੋੜੇ ਜਿਹਾ ਕੁਛ ਨਾ ਕੁਛ ਕਿਸੇ ਨਾ ਕਿਸੇ ਢੰਗ ਦਾ ਲਾਲਚ ਦੇ ਕੇ ਉਹਨਾਂ ਨੂੰ ਗੁਮਰਾ ਕੀਤਾ ਜਾ ਸਕਦਾ ਇਹ ਵੱਡਾ ਦੋਸ਼ ਹੈ ਸਵਸਥ ਲੋਕਮਤ ਦੀ ਕਮੀ ਲੋਕਤੰਤਰਵਾਦ ਸੇ ਲੋਕਮਤ ਦਾ ਸਵਸਥ ਹੋਣਾ ਬੜਾ ਜ਼ਰੂਰੀ ਹੈ ਸਿਆਣੇ ਲੋਕ ਸਿਆਣੀ ਲੋਕਮਤ ਦਾ ਜਿਹੜਾ ਨਿਰਮਾਣ ਕਰਦੇ ਹੈ ਅਗਰ ਲੋਕ ਅਨਪੜਾ ਹੈ ਤਾਂ ਸਵਸਥ ਲੋਕਮਤ ਨਹੀਂ ਹੋਏਗੀ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਖੇਤਰਵਾਦ ਦੀ ਖੇਤਰਵਾਦ ਤੋਂ ਭਾਵ ਕੀ ਹੈ ਜੀ ਦੇਸ਼ ਦੇ ਹਿੱਤਾਂ ਦੀ ਸਾਂਝੇ ਹਿੱਤਾਂ ਯਾਨੀ ਰਾਸ਼ਟਰੀ ਹਿੱਤਾਂ ਥਾ ਕਿਸੇ ਵਿਸ਼ੇਸ਼ ਖੇਤਰ ਦੇ ਹਿੱਤਾਂ ਨੂੰ ਪਹਿਲ ਦੇਣਾ ਦੇਸ਼ ਦੇ ਕਿਸੇ ਥੋੜੇ ਹਿੱਸੇ ਨੂੰ ਜ਼ਿਆਦਾ ਪਿਆਰ ਕਰਨਾ ਪੂਰੇ ਦੇਸ਼ ਦੀ ਬਦੌਲਤ ਖੇਤਰਵਾਦ ਕੇਵਲ ਭਾਰਤ ਦੀ ਨਹੀਂ ਸਗੋ ਵਿਸ਼ਵਵਿਆਪੀ ਸਮੱਸਿਆ ਹੈ ਇਹ ਸਾਡੀ ਨਹੀਂ ਹੈ ਸਗੋ ਵੱਖ-ਵੱਖ ਦੇਸ਼ਾਂ ਦੀ ਸਮੱਸਿਆ ਹੈਗੀ ਆ ਇਹ ਚੀਜ਼ਾਂ ਉੱਭਰਦੀਆਂ ਰਹਿੰਦੀਆਂ ਖੇਤਰਵਾਦ ਕਿਵੇਂ ਪ੍ਰਭਾਵਿਤ ਕਰਦਾ ਇਹ ਜਾਨਣਾ ਬਹੁਤ ਜ਼ਰੂਰੀ ਹੈ ਆ ਦੇਖ ਸਕਦੇ ਤੁਸੀਂ ਡਿਮਾਂਡ ਆਫ ਗੋਰਖਾ ਲੈਂਡ ਇਨ ਵੈਸਟ ਬੰਗਾਲ ਜੰਮੂ ਕਸ਼ਮੀਰ ਦੇ ਵਿੱਚ ਡੋਗਰਾ ਲੈਂਡ ਦੀ ਮੰਗ ਕੀਤੀ ਜਾਂਦੀ ਹੈ ਔਰ ਹੋਰ ਬਹੁਤ ਸਾਰੀਆਂ ਵੱਖ-ਵੱਖ ਖੇਤਰ ਹੈ ਜਿਨ੍ਹਾਂ ਦੇ ਵਿੱਚ ਵੱਖਰੇ ਸੂਬੇ ਜਾਂ ਵੱਖਰਾ ਦੇਸ਼ ਬਣਾਉਣ ਦੀ ਮੰਗ ਕੀਤੀ ਜਾਂਦੀ ਹੈ ਇਹਨੂੰ ਅਸੀਂ ਖੇਤਰਵਾਦ ਕਹਿੰਦੇ ਆ ਭਾਰਤੀ ਸੰਘ ਤੋਂ ਵੱਖ ਹੋਣ ਜਾਂ ਵੱਖਰੇ ਰਾਜਾਂ ਦੀ ਮੰਗ ਕਰਨਾ ਭਾਰਤ ਇੱਕ ਸੰਗੀ ਢਾਂਚਾ ਤੁਹਾਨੂੰ ਪਤਾ ਸਾਰੇ ਸੂਬੇ ਚੱਲਦੇ ਵੱਖਰੇ ਉਹ ਕਿ ਕੋਈ ਥੋੜਾ ਜਿਹਾ ਏਰੀਆ ਕਹਿੰਦਾ ਕਿ ਸਾਡੇ ਇੰਨੇ ਕ ਹਿੱਸੇ ਨੂੰ ਵੱਖਰਾ ਸੂਬਾ ਬਣਾ ਦਿੱਤਾ ਜਾਵੇ ਇਹ ਮੰਗ ਹੋਣ ਲੱਗ ਜਾਂਦੀ ਹੈ ਅੰਤਰਰਾਜੀ ਝਗੜੇ ਇੱਕ ਸਟੇਟ ਦਾ ਦੂਜੀ ਸਟੇਟ ਨਾਲ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਬਹੁਤ ਸਾਰੇ ਕਾਰਨ ਬਿਜਲੀ ਪਾਣੀ ਵਗੈਰਾ ਇਹ ਉਹ ਧਰਤੀ ਦੇ ਬੇਟਿਆਂ ਦਾ ਸਿਧਾਂਤ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਮਹਾਰਾਸ਼ਟਰ ਕੇਵਲ ਮਰਾਠੀਆਂ ਲਈ ਪੰਜਾਬ ਕੇਵਲ ਪੰਜਾਬੀਆਂ ਲਈ ਹਰਿਆਣਾ ਕੇਵਲ ਹਰਿਆਣਿਆਂ ਵਾਲਿਆਂ ਲਈ ਰਾਜ ਦੀਆਂ ਨੌਕਰੀਆਂ ਕੇਵਲ ਰਾਜ ਦੇ ਵਸੀਆਂ ਨੂੰ ਹੀ ਮਿਲਣੀਆਂ ਚਾਹੀਦੀਆਂ ਇਹ ਬਹੁਤ ਖਤਰਨਾਕ ਸਿਧਾਂਤ ਹੈ ਇਹ ਖੇਤਰਵਾਦੀ ਉਪਜ ਹੈ ਖੇਤਰੀ ਦਲਾਂ ਦਾ ਨਿਰਮਾਣ ਹੋ ਜਾਂਦਾ ਹੈ ਜੇ ਖੇਤਰ ਦੀਆਂ ਭਾਵਨਾਵਾਂ ਉਤਪਨ ਹੋਣਗੀਆਂ ਤਾਂ ਫਿਰ ਰਾਜਨੀਤਿਕ ਦਲ ਵੀ ਖੇਤਰ ਦੇ ਆਧਾਰ ਦੇ ਉੱਤੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਰਾਸ਼ਟਰੀ ਭਾਵਨਾਵਾਂ ਦਾ ਪਤਨ ਜਿੱਥੇ ਅਸੀਂ ਪੂਰੇ ਦੇਸ਼ ਦੀ ਗੱਲ ਕਰਨੀ ਹੁੰਦੀ ਹੈ ਉੱਥੇ ਅਸੀਂ ਥੋੜਾ ਜਿਹਾ ਖੇਤਰ ਦੀ ਗੱਲ ਕਰਦੇ ਆ ਤਾਂ ਇਹ ਇਹ ਖੇਤਰਵਾਦ ਕਿਹਾ ਜਾਂਦਾ ਇਹ ਸਾਡੇ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ ਸਮਾ ਘਟਾ ਹੈ ਥੋੜਾ ਜਲਦੀ ਨਾਲ ਪੜਾਂਗੇ ਸੰਪਰਦਾਇਕਤਾ ਧਰਮ ਦੇ ਆਧਾਰ ਦੇ ਉੱਤੇ ਇੱਕ ਧਰਮ ਨੂੰ ਜ਼ਿਆਦਾ ਅਹਿਮੀਅਤ ਦੇਣਾ ਉਹ ਦੂਜੇ ਧਰਮ ਨੂੰ ਮਾੜਾ ਦੱਸਣਾ ਇਹਨੂੰ ਅਸੀਂ ਸੰਪਰਦਾਇਕਤਾ ਕਹਿੰਦੇ ਆ ਸੰਪਰਦਾਇਕਤਾ ਰਾਜਨੀਤਿਕ ਦਲਾਂ ਤੇ ਦਬਾਅ ਸਮੂਹਾਂ ਦਾ ਨਿਰਮਾਣ ਕਰਦੀ ਹੈ ਜਿਵੇਂ ਤੁਸੀਂ ਫੋਟੋ ਲੱਗੀਆਂ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਵੱਖ-ਵੱਖ ਪ੍ਰਕਾਰ ਦੀਆਂ ਧਾਰਮਿਕ ਜਥੇਬੰਦੀਆਂ ਪੈਦਾ ਹੋ ਜਾਂਦੀਆਂ ਜਿਹੜੀਆਂ ਸਰਕਾਰ ਦੇ ਉੱਤੇ ਆਪਣਾ ਦਬਾਅ ਬਣਾਉਂਦੀਆਂ ਤਾਂ ਸਰਕਾਰ ਸਮੂਦ ਲਈ ਆਪਣਾ ਕੰਮ ਨਹੀਂ ਕਰ ਸਕਦੀ ਚੋਣਾਂ ਦੇ ਵਿੱਚ ਸੰਪਰਦਾਇਕਤਾ ਅਸਰ ਕਰਦੀ ਹੈ ਧਰਮ ਦੇ ਆਧਾਰ ਤੇ ਵੋਟਾਂ ਮੰਗੀਆਂ ਜਾਂਦੀਆਂ ਜਿਹੜਾ ਅ ਨੈਗੇਟਿਵ ਪੱਖ ਹੈ ਸਾਡੇ ਲੋਕਤੰਤਰ ਦਾ ਉੱਚੀਆਂ ਨਿਯੁਕਤੀਆਂ ਉਤੇ ਵਿਸ਼ੇਸ਼ ਵਰਗ ਦਾ ਕੰਟਰੋਲ ਹੋ ਜਾਂਦਾ ਹੈ ਧਾਰਮਿਕ ਦੰਗੇ ਤੇ ਫਸਾਦਾਂ ਦਾ ਵਾਧਾ ਹੋ ਜਾਂਦਾ ਹੈ ਇਹ ਧਰਮ ਤਾਂ ਬਹੁਤ ਵੱਡੇ ਫਸਾਦਾਂ ਫਸਾਦ ਦੀ ਜਾਂ ਦੰਗਿਆਂ ਦੀ ਜੜ ਬਣ ਜਾਏਗਾ ਜੇ ਸੰਪਰਦਾਇਕਤਾ ਦੇਸ਼ ਦੇ ਵਿੱਚ ਹੁੰਦੀ ਆ ਤਾਂ ਨੀਤੀ ਨਿਰਮਾਣ ਉਤੇ ਨਾਕਾਰਯੋਗ ਪ੍ਰਭਾਵ ਚੰਗੀਆਂ ਨੀਤੀਆਂ ਬੱਚੋਂ ਨਹੀਂ ਬਣ ਸਕਦੀਆਂ ਸੋ ਧਰਮ ਤੇ ਜਾਤੀਵਾਦ ਅਗਲਾ ਪੁਆਇੰਟ ਵੀ ਸਾਡਾ ਜਾਤੀਵਾਦ ਹੀ ਆ ਇਹ ਸਾਡੇ ਲੋਕਤੰਤਰ ਦੀਆਂ ਬਹੁਤ ਵੱਡੀਆਂ ਕਮਜ਼ੋਰੀਆਂ ਆ ਜਾਤੀਵਾਦ ਭਾਰਤ ਦੇ ਮੱਥੇ ਉਤੇ ਕਲੰਕ ਹੈ ਜਾਤੀ ਦੀ ਰਾਜਨੀਤੀ ਜਾਂ ਰਾਜਨੀਤੀ ਦਾ ਜਾਤੀਕਰਨ ਕਰ ਲੋ ਕਿ ਇੰਨੀ ਜ਼ਿਆਦਾ ਪ੍ਰਭਾਵਕਾਰੀ ਹੋ ਗਈ ਹੈ ਇਹ ਜਾਤੀ ਰਾਜਨੀਤੀ ਦਾ ਕਿ ਪੂਰੀ ਰਾਜਨੀਤੀ ਦਾ ਜਾਤੀਕਰਨ ਹੋ ਗਿਆ ਜਾਤੀ ਦੇ ਆਧਾਰ ਤੇ ਰਾਜਨੀਤਿਕ ਦਲ ਦਬਾਅ ਸਮੂਹ ਬਣ ਜਾਂਦੇ ਆ ਜਿਵੇਂ ਅਸੀਂ ਧਰਮ ਦੇ ਵਿੱਚ ਗੱਲ ਕੀਤੀ ਹੈ ਜਾਤੀਵਾਦ ਦਾ ਮਤਦਾਨ ਉੱਤੇ ਪ੍ਰਭਾਵ ਪੈਂਦਾ ਜੀ ਜਾਤੀ ਦੇ ਆਧਾਰ ਤੇ ਵੋਟ ਮੰਗੀ ਜਾਂਦੀ ਹੈ जाट की वोट जाट को ਜਾਤੀ ਆਧਾਰਿਤ ਮੰਤਰੀ ਪ੍ਰੀਸ਼ਦ ਔਰ ਵੱਖ-ਵੱਖ ਜਾਤੀਆਂ ਦੇ ਸੰਘਰਸ਼, ਜਾਤੀ ਦੰਗੇ ਫੋਟੋ ਲੱਗੀਆਂ ਤੁਸੀਂ ਦੇਖ ਸਕਦੇ ਹੋ। ਇਹ ਸਾਰੀਆਂ ਜਿਹੜੀਆਂ ਕਮਜ਼ੋਰੀਆਂ ਜਾਤੀਵਾਦ ਕਰਕੇ ਪੈਦਾ ਹੁੰਦੀਆਂ ਤੇ ਵੱਖਵਾਦ ਬਹੁਤ ਜ਼ਰੂਰੀ ਆ ਪੜਨਾ। ਵੱਖਵਾਦ ਖੇਤਰਵਾਦ ਦਾ ਹੀ ਤਿੱਖਾ ਉਗਰ ਰੂਪ ਹੈ। ਜਦੋਂ ਖੇਤਰਵਾਦੀ ਮੰਗ ਬਹੁਤ ਵੱਡੇ ਉਗਰ ਰੂਪ ਦੇ ਚ ਪੈਦਾ ਹੋ ਜਾਂਦੀ ਹੈ ਤੁਹਾਨੂੰ ਅਸੀਂ ਵੱਖਵਾਦ ਕਹਿੰਦੇ ਆ। ਦੇਸ਼ ਦੇ ਇੱਕ ਹਿੱਸੇ ਨੂੰ ਪੂਰਾ ਵੱਖਰਾ ਦੇਸ਼ ਬਣਾਉਣ ਦੀ ਮੰਗ ਕੀਤੀ ਜਾਂਦੀ ਜਿਵੇਂ ਮੈਂ ਡੋਗਰਾ ਲੈਂਡ ਦੀ, ਗੋਰਖਾ ਲੈਂਡ ਦੀ ਗੱਲ ਕਰਕੇ ਹਟਿਆਂ ਲੋਕਤੰਤਰ ਦੇ ਤੇ ਪ੍ਰਭਾਵ ਬਹੁਤ ਜ਼ਰੂਰੀ ਪੈਂਦੇ ਇਹਦੇ। ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੋ ਜਾਂਦਾ ਹੈ ਅਤਵਾਦੀ ਗਤੀਵਿਧੀਆਂ ਜ਼ਵਾਦਾ ਹੋ ਜਾਂਦਾ ਹੈ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਵਾਸਤੇ ਅਸੀਂ ਇਹਨਾਂ ਕੰਮਾਂ ਦਾ ਕਿਤੇ ਨਾ ਕਿਤੇ ਯੋਗਦਾਨ ਹੁੰਦਾ ਹੈ ਸਹਾਇਤਾ ਲਈ ਜਾਂਦੀ ਹੈ ਚਾਹੇ ਆਪਣੇ ਦੇਸ਼ ਵੱਲੋਂ ਵਿਰੋਧੀ ਪਾਰਟੀਆਂ ਵੱਲੋਂ ਚਾਹੇ ਨਾਲ ਦੇ ਦੇਸ਼ਾਂ ਵੱਲੋਂ ਅਰਥਵਿਵਸਥਾ ਦੇ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਗੁਆਂਢੀ ਦੇਸ਼ਾਂ ਦੇ ਨਾਲ ਸਬੰਧਾਂ ਉੱਤੇ ਵੀ ਪ੍ਰਭਾਵ ਪੈਂਦਾ ਹੈ ਇਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕਲਾਸਰੂਮ 'ਚ ਡਿਸਕਸ ਕਰ ਸਕਦੇ ਆ ਬੇਰੋਜ਼ਗਾਰੀ ਆਬਾਦੀ ਭ੍ਰਸ਼ਟਾਚਾਰ ਗਰੀਬੀ ਭਾਸ਼ਾਵਾਦ ਇਹ ਇਹ ਸਮਾਂ ਥੋੜਾ ਸੀਗਾ ਲੈਕਚਰ ਆਪਣਾ ਪੂਰਾ ਹੋ ਗਿਆ ਵੈਸੇ ਪਰ ਤੁਸੀਂ ਆਪਣੇ ਅਧਿਆਪਕ ਦੀ ਮਦਦ ਦੇ ਨਾਲ ਇਹਨਾਂ ਸਾਰੇ ਵਿਸ਼ਿਆਂ ਨੂੰ ਦੁਬਾਰਾ ਤੋਂ ਡਿਸਕਸ ਕਰ ਸਕਦੇ ਆ ਫੋਨ ਨੰਬਰ ਦਿੱਤਾ ਹੋਇਆ ਕਿਸੇ ਵੀ ਚੀਜ਼ ਦੇ ਤੁਹਾਨੂੰ ਹੈਲਪ ਚਾਹੀਦੀ ਹੋਵੇ ਤੁਸੀਂ ਇਸ ਫੋਨ ਨੰਬਰ ਨੂੰ ਤੇ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਹੈਰੀ ਐਜੂਕੇਸ਼ਨ ਦੇ ਉੱਤੇ ਜਾ ਕੇ ਮੈਂ ਇਹ ਲੈਕਚਰ ਅਪਲੋਡ ਵੀ ਕਰ ਦੇਵਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਉੱਥੋਂ ਵੀ ਹੈਲਪ ਲੈ ਸਕਦੇ ਹੋ ਕਿਸੇ ਵੀ ਵੇਲੇ ਕਿਸੇ ਵੀ ਤਰ੍ਹਾਂ ਦੇ ਸੁਝਾਅ ਲਈ ਤੁਹਾਡਾ ਵੈਲਕਮ ਕਵਾਂਗਾ ਤੁਹਾਨੂੰ ਸਵਾਗਤ ਕਰਾਂਗਾ ਸੋ ਅੱਜ ਦੇ ਲਈ ਇੰਨਾ ਹੀ ਧੰਨਵਾਦ